ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੇਸ਼ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ ਮੈਂ ਜੀ ਆਇਆਂ ਆਕਾ ਠੀਕ ਹੈ ਸ਼ੁਕਰੀਆ ਜੀ ਅੱਜ ਦਿਨ ਘਟਨਾਵਾਂ ਭਰਪੂਰ ਸੀ ਚੰਡੀਗੜ੍ਹ ਦੇ ਵਿੱਚ ਇੱਕ ਤੋਂ ਬਾਅਦ ਇੱਕ ਸਿਆਸੀ ਈਵੈਂਟ ਸੀ ਆਪਾਂ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਭਗਵੰਤ ਮਾਨ ਵੱਲੋਂ ਉਹ ਪ੍ਰੈਸ ਕਾਨਫਰੰਸ ਜਿਹੜੀ ਦੋ ਦਿਨ ਤੋਂ ਉਡੀਕੀ ਜਾ ਰਹੀ ਸੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਮਾਮਲਾ ਚੰਨੀ ਦੇ ਖਿਲਾਫ ਨਿਕਲ ਕੇ ਆਇਆ ਉਹਦੇ ਉੱਤੇ ਕਾਂਗਰਸ ਵੱਲੋਂ ਚੰਨੀ ਦੀ ਅਗਵਾਈ ਦੇ ਵਿੱਚ ਜਵਾਬ ਦਿੱਤਾ ਗਿਆ ਤੇ ਉਸ ਮਾਮਲੇ 'ਚ ਇਕਾਲੀ ਦਲ ਵੀ ਕੁੱਦ ਪਿਆ ਅੱਜ ਥੋੜਾ ਤੇ ਦਿਲਚਸਪ ਮਾਜਰਾ ਇਦਾਂ ਵੀ ਸੀ ਕਿ ਭਗਵੰਤ ਮਾਨ ਸੀਰੀਅਸ ਲੱਗ ਰਹੇ ਸੀ ਆਪਣੀ ਟਰੈਡੀਸ਼ਨ ਤੋਂ ਪਰੇ ਜਿਸ ਤਰ੍ਹਾਂ ਉਹ ਵਿਅੰਗ ਕਰਦੇ ਆ ਤੇ ਪ੍ਰਤਾਪ ਸਿੰਘ ਬਾਜਵਾ ਦੀ ਭੂਮਿਕਾ ਇੱਕ ਵਿਅੰਗਾਰ ਵਾਲੀ ਸੀ ਉਹਨਾਂ ਨੇ ਪੱਤਰਕਾਰ ਹਸਾ ਹਸਾ ਧੋਰੇ ਕਰਤੇ ਹੁਣ 3 4 ਅੱਤੈ ਮਸਵਾਲ ਆ ਕਿ ਜਦੋਂ ਕੇਜਰੀਵਾਲ ਇੱਕ ਪਾਸੇ ਪੂਰੇ ਜ਼ੋਰ ਨਾਲ ਕੋਸ਼ਿਸ਼ ਕਰ ਰਿਹਾ ਕਿ ਮੈਂ ਕਾਂਗਰਸ ਦਾ ਸਮਰਥਨ ਤੇ ਸਾਰੀਆਂ ਤਰ੍ਹਾਂ ਦਾ ਸਮਰਥਨ ਲੈ ਲਾਂ ਉਸ ਆਰਡੀਨੈਂਸ ਦੇ ਖਿਲਾਫ ਜਿਹੜਾ ਉਹਨਾਂ ਦੀਆਂ ਤਾਕਤਾਂ ਨੂੰ ਜ਼ੀਰੋ ਤੇ ਲੈ ਆਉਂਦਾ ਹੈ ਤੇ ਰਾਜ ਸਭਾ ਦੇ ਵਿੱਚੋਂ ਸਾਧਨ ਉਹ ਹਮਾਇਤ ਜੁਟਾ ਰਹੇ ਉਸੇ ਵੇਲੇ ਭਗਵੰਤ ਮਾਨ ਕਾਂਗਰਸ ਦੇ ਸਮਰਥਨ ਤੋਂ ਪਹਿਲਾਂ ਇੱਕ ਆਖਰੀ ਕਿਲ ਠੋਕ ਦਿੰਦੇ ਕਿਲ ਮਤਲਬ ਜਿੱਤ ਤੋਂ ਬਾਅਦ ਬਾਜਵਾ ਇਹ ਕਹਿਣ ਲਈ ਮਜਬੂਰ ਸੀ ਕਿ ਤੁਸੀਂ ਸਮਰਥਨ ਕਿਨੇ ਹੋ ਇਹਨਾਂ ਦੀ ਤੇ ਸ਼ਕਲ ਨਾ ਦੇਖੀ ਅਸੀਂ ਸੋ ਸਵਾਲ ਇਸ ਗੱਲ ਦਾ ਹੈ ਕਿ ਇੰਨੇ ਸੈਂਸਿਟਿਵ ਦੌਰ ਚ ਇੰਨੇ ਨਾਜ਼ੁਕ ਮੌਕੇ ਤੇ ਭਗਵੰਤ ਮਾਨ ਵੱਲੋਂ ਇਹ ਹਮਲਾ ਕਿਸ ਦਿਸ਼ਾ ਦਾ ਸੂਚਕ ਹੈ ਕਿਹੜੀ ਸਿਆਸਤ ਹੈ ਔਰ ਇੱਕ ਹੋਰ ਸਵਾਲ ਇਹ ਬਾਰਾਖਾਂਦੀ ਸਿਆਸਤ ਵੈਸੇ ਮੋٹے ਤੌਰ ਤੇ ਸਰਦਾਰ ਜਗਤਾਰ ਸਿੰਘ ਜੀ ਗੈਰ ਰਸਮੀ ਗੱਲਬਾਤ ਚ ਕਹਿ ਰਹੇ ਸੀ ਮੋٹے ਤੌਰ ਤੇ ਸਿਆਸਤ ਕੇਂਦਰ ਨੂੰ ਬਾਰਾਖਾਂਦੀ ਪਰ ਇਹਦੇ ਦੋ ਪਹਿਲੂ ਹੋਰ ਪ੍ਰਤਾਪ ਬਾਜਵਾ ਉਠਾਉਂਦੇ ਆ ਇੱਕ ਤਾਂ ਉਹ ਭਗਵੰਤਮਾਨ ਦੇ ਸਿੱਖ ਨਾ ਹੋਣ ਦਾ ਜ਼ਿਕਰ ਕਰ ਰਿਹਾ ਉਹ ਦੂਜੇ ਬੰਦੇ ਨਾਲ ਹੀ ਇੱਕ ਗੁਰਸਿੱਖ ਦੇ ਰੂਪ ਚ ਡਾਕਟਰ ਨਿਰਜਰ ਇੰਦਰਪੀਰ ਸਿੰਘ ਨਿਰਜਰ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰਨ ਦੀ ਗੱਲ ਕਰਕੇ ਉਹ ਨਿਸ਼ਾਨਾ ਸਾਧਦੇ ਆ ਸਿੱਖ ਮਾਨਸਿਕਤਾ ਦੇ ਨਜ਼ਰੀਏ ਤੋਂ ਕੁਝ ਹੋਰ ਪਹਿਲੂ ਆ ਉਹ ਆਪਾਂ ਐਡਰੈਸ ਕਰਦੇ ਆ ਚਰਨਜੀਤ ਸਿੰਘ ਚੰਨੀ ਸਿਰਉਨਕਾਰ ਦਿੰਦੇ ਆ ਜਿੰਨੇ ਦੋਸ਼ ਭਗਵੰਤਮਾਨ ਲਾ ਰਹੇ ਸੀਗੇ ਭਗਵੰਤਮਾਨ ਉਸ ਪਿਉਪੁੱਤ ਨੂੰ ਪੇਸ਼ ਕਰਦੇ ਆ ਜਿਨ੍ਹਾਂ ਨੂੰ ਇਹ 2 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਸੀ ਕਥਿਤ ਤੌਰ ਤੇ ਔਰ ਉਸ ਉਹ ਪਰਿਵਾਰ ਉਹ ਪਿਉਪੁੱਤ ਲਗਭਗ ਹਰ ਕੋਣ ਦੱਸਣ ਦਾ ਯਤਨ ਕਰਦੇ ਆ ਜਿਹਨੂੰ ਚੰਨੀ ਵੱਲੋਂ ਨਕਾਰਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਉਣੇ ਆ ਪਰ ਅੱਜ ਦਾ ਦੂਜਾ ਮੁੱਦਾ ਵੀ ਅਤ ਐਮ ਆ ਕਿ ਇੱਕ ਵਿਅਕਤੀ ਮੰਤਰੀ ਦੇ ਰੂਪ ਦੇ ਵਿੱਚ ਤੁਹਾਡੇ ਸੰਕਟ ਮੋਚਕ ਵਾਗ ਨਜ਼ਰ ਆ ਰਿਹਾ ਸੀਗਾ ਤੇ ਉਹਦੇ ਕੋਲੋਂ ਸਾਰੇ ਹੀ ਅਹਿਮ ਮਹਿਕਮੇ ਲੈ ਕੇ ਉਹਨੂੰ ਕਾਰਨਰ ਕਰਤਾ ਗਿਆ ਉਹਨੂੰ ਹਾਸ਼ੀਏ ਤੇ ਧੱਤ ਤੱਕ ਗਿਆ ਉਹਨੇ ਗਲਤੀ ਕਿੱਥੇ ਕੀਤੀ ਮਤਲਬ ਇਹ ਲੋਕਾਂ ਦੀ ਦਿਲਚਸਪੀ ਦਾ ਕਾਰਨ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਕਿੱਥੇ ਕਿਹੜੀ ਗਲਤੀ ਕੀਤੀ ਜਿਹਦੇ ਕਾਰਨ ਉਹਨਾਂ ਦੀਆਂ ਛੇੜੀਆਂ ਮੁਹਿਮਾ ਇੱਕਦਮ ਰਾਸ ਰਹਿ ਗਈਆਂ ਲੋਕ ਤੇ ਮਜ਼ਾਕ ਕਰ ਰਹੇ ਆ ਕਿ ਤੁਸੀਂ ਤੇ ਬਾਦਲਾਂ ਦੇ ਹੋਟਲ ਦੇ ਵਿੱਚ ਕਮਰੇ ਕਿਰਾਏ ਤੇ ਦੇਣੇ ਸੀ ਤੁਸੀਂ ਤਾਂ ਜ਼ਮੀਨਾਂ ਛਡਾਉਣੀਆਂ ਸੀ ਤੁਹਾਨੂੰ ਤਾਂ ਆਪਣੀ ਕੁਰਸੀ ਦਾ ਇਹ ਵੀ ਨਹੀਂ ਸੀ ਪਤਾ ਕਿ ਉਹਦਾ ਵੀ ਕਬਜ਼ਾ ਰਹਿਣਾ ਕਿ ਨਹੀਂ ਸੋ ਕਈ ਵਾਰੀ ਪਰਿਸਥਿਤੀਆਂ ਇਹੋ ਜਿਹੀਆਂ ਬਣ ਜਾਂਦੀਆਂ ਔਰ ਬਹੁਤ ਸਾਰੇ ਲੋਕ ਸਵਾਲ ਉਠਾਉਂਦੇ ਆ ਕਿ ਬਲਕਾਰ ਸਿੰਘ ਦਾ ਟਿਨਿਓਰ ਉਹ ਜਦੋਂ ਪੁਲਿਸ ਮਹਿਕਮੇ ਚ ਸੀ ਉਹਨਾਂ ਨੂੰ ਜਾ ਕੇ ਦੇਖੋ ਕਿ ਸੱਚਮੁੱਚ ਉਹਨਾਂ ਨੂੰ ਐਡਾ ਵੱਡਾ ਮਹਿਕਮਾ ਜਿਹੜਾ ਅੱਧੇ ਪੰਜਾਬ ਨੂੰ ਡੀਲ ਕਰ ਰਿਆ ਉਹ ਇਹ ਸਾਰੇ ਸਵਾਲ ਨੇ ਅਜੇ ਤੱਕ ਡਾਕਟਰ ਇੰਦਰਪੀਰ ਦੇ ਨਿੱਜਰ ਦੇ ਅਸਤੀਫੇ ਬਾਰੇ ਉਹ ਅਸਤੀਫਾ ਦਿੱਤਾ ਕਿ ਲਿਆ ਗਿਆ ਉਹਦੇ ਤੇ ਵੀ ਚਰਚਾ ਚੱਲੀ ਜਾਂਦੀ ਹੈ ਔਰ ਇੰਦਰਪੀਰ ਨਿੱਜਰ ਚੁੱਪ ਕਰਕੇ ਉਹ ਆਪਣਾ ਮੰਤਰਾਲਾ ਛੱਡ ਕੇ ਘਰ ਆ ਚੁੱਕੇ ਆ ਇਹ ਸਾਰੇ ਸਵਾਲ ਅਡਰੈਸ ਕਰਦੇ ਆ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਤੁਸੀਂ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਨੂੰ ਸੁਣਿਆ ਤੁਹਾਨੂੰ ਇਹਦੇ ਵਿੱਚ ਸੰਜੀਦਗੀ ਕਿੰਨੀ ਲੱਗੀ ਜਿਹੜੇ ਦੋਸ਼ ਲਾਏ ਗਏ ਨੇ ਉਹ ਪ੍ਰੈਕਟੀਕਲੀ ਕੱਲ ਨੂੰ ਕਿਤੇ ਸਟੈਬਲਿਸ਼ ਕੀਤੇ ਜਾ ਸਕਣਗੇ ਉਹਦੇ ਆਧਾਰ ਤੇ ਚਰਨਜੀਤ ਸਿੰਘ ਚੰਨੀ ਨੂੰ ਜਾਂ ਉਹਦੇ ਪਰਿਵਾਰ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਜਾਊਗਾ ਉਦੇ ਆਧਾਰ ਤੇ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਕੈਰੀਅਰ ਦਾ ਤੇ ਹੈ ਮੁੱਖ ਮੰਤਰੀ ਸਕੋਰ ਹਾਸਲ ਕਰਨ ਚ ਕਾਮਯਾਬ ਹੋ ਜਾਣਗੇ ਜਿਹੜਾ ਉਹ ਕਰਨਾ ਚਾਹੁੰਦੇ ਨੇ ਇਹ ਇਲਜ਼ਾਮ ਲਾਉਣ ਤੋਂ ਬਾਅਦ ਇਹ ਪਹਿਲਾ ਮੁੱਦਲਾ ਇਹ ਸਵਾਲ ਅਡਰੈਸ ਕਰ ਦਿਓ ਅਸਲ ਦੇ ਵਿੱਚ ਭਗਵਾਨਤ ਮਾਨ ਉਹਨਾਂ ਦਾ ਇਹ ਤੀਜਾ ਰਾਉਂਡ ਸੀਗਾ ਜਿਹੜਾ ਲਗਾਤਾਰ ਇੱਕੋ ਮੁੱਦੇ ਤੇ ਚੱਲ ਰਿਹਾ ਸੀ ਕਿ ਪਹਿਲਾਂ ਪਹਿਲਾਂ ਉਹਨਾਂ ਨੇ ਕਿਹਾ ਸਿਮਲੇ 'ਚ ਮਿਲੇ ਇਸ ਤਰੀਕੇ ਨਾਲ ਗੱਲ ਹੋਈ ਤੇ ਮੈਂ ਚੰਨੀ ਨੂੰ ਕਹਿ ਰਿਹਾ ਕਿ ਉਹ ਆਪਣੇ ਆਪ ਕਰ ਦੇਣ ਫਿਰ ਅਰਦਾਸ ਦਾ ਸਿਸਟਮ ਚੱਲਿਆ ਫਿਰ ਅਰਦਾਸ ਤੋਂ ਬਾਅਦ ਕਾਊਂਟਰ ਹੋਇਆ ਤੇ ਅੱਜ ਟਾਈਮ ਦਿੱਤਾ ਹੋਇਆ ਸੀ ਕਿ ਮੈਂ ਇਨਾ ਟਾਈਮ ਦਿੰਦਾ ਜੀ 2 ਵਜੇ ਤੱਕ ਜੇ ਉਹ ਪ੍ਰਵਾਰ ਕਰ ਲੈਣ ਤਾਂ ਨਹੀਂ ਤਾਂ ਹੁਣ ਉਹ ਲੜਕਾ ਜਿਹੜਾ ਜਸਿੰਦਰ ਸਿੰਘ ਹੈ ਜਿਹੜਾ ਕ੍ਰਿਕਟ ਖੇਡਦਾ ਹੈ ਕਿ ਪੰਜਾਬ 11 ਦੇ ਵਿੱਚ ਉਹ ਕਹਿੰਦੇ ਅਜੇ ਖਿਡਾਰੀਆਂ ਦੀ ਉਹਦੇ ਚ ਤਾਂ ਨਹੀਂ ਸੀਗਾ ਤੇ ਜਿਹੜੇ ਸਪੇਅਰ ਨਾਲ ਹੁੰਦੇ ਨੇ 23 ਮੈਂਬਰੀ ਟੀਮ ਦੇ ਵਿੱਚ ਸੀਗਾ ਇਹ ਜੋ ਚੀਫ ਮਿਨਿਸਟਰ ਨੇ ਖੁਦ ਹੀ ਦੱਸਿਆ ਕਿ ਉਹਦੇ ਚ ਦਾ ਨਾਮ ਹੈ ਸੀ ਜਦੋਂ ਉੱਥੇ ਗੱਲ ਕੀਤੀ ਗਈ ਹੈ ਔਰ ਉਸ ਮਾਮਲੇ ਦੇ ਵਿੱਚ ਉਨੇ ਟੈਸਟ ਦਿੱਤਾ ਸੀ ਉਹਦਾ ਫਾਦਰ ਵੀ ਨਾਲ ਬਿਠਾ ਕੇ ਤੇ ਉਹ ਮੁੰਡੇ ਨੂੰ ਆਪ ਨਾਲ ਬਿਠਾ ਕੇ ਚੀਫ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹ ਡਰਾਮਟਾਈਜ਼ੀ ਬਹੁਤ ਕੀਤੀ ਲਗਾਤਾਰ ਖਾਰਤਸਾ ਉਤੇ ਮੀਡੀਆ ਦੇ ਰਾਹੀਂ ਇੰਨਾ ਟਾਈਮ ਬਚਿਆ ਐ ਇੰਨੇ ਸਕ੍ਰਿਪਟ ਬਚੇ ਨੇ ਜਿਵੇਂ ਟ੍ਰੇਲਰ ਆ ਰਿਹਾ ਤੇ ਫਿਲਮ ਚੱਲੂਗੀ ਇਸ ਤੋਂ ਬਾਅਦ ਉਹਨਾਂ ਕੁਸਤਾ ਵੀ ਹੋਇਆ ਜੋ ਜਿੰਨਾ ਡਰਾਮਾ ਦਿਖਾਇਆ ਜਾ ਰਿਹਾ ਜਿੰਨੀ ਅਟਰੈਕਸ਼ਨ ਸੀ ਕੀਤੀ ਜਾ ਰਹੀ ਸੀ ਜਾਂ ਮਤਲਬ ਉਹਦਾ ਆਕਰਸ਼ਣ ਬਣਾਇਆ ਜਾ ਰਿਹਾ ਸੀ ਖਿੱਚ ਕਿ ਕੋ ਬਹੁਤ ਬੜਾ ਚੀਜ਼ ਨਿਕਲੂਗੀ ਗੱਲਾਂ ਤਾਂ ਉਹੀ ਨੇ ਉਹ ਕਾਗਜ਼ ਪੱਤਰ ਲੈ ਕੇ ਆਏ ਜੀ ਕਾਗਜ਼ ਪੱਤਰ ਚ ਕੀ ਚਾਹੀ ਕਾਗਜ਼ ਪੱਤਰ ਚ ਇਹ ਸੀਗਾ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਨੇ ਦਰਖਾਸਤਾਂ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਮੇਲੇ ਕੈਪਟਨ ਅਮਰਿੰਦਰ ਸਿੰਘ ਦੇ ਦਿਖਾ ਰਹੇ ਸੀ ਕਿ ਉਹਨਾਂ ਨੇ ਗ੍ਰਹਿ ਡਿਪਾਰਟਮੈਂਟ ਨੂੰ ਭੇਜ ਤਾਂ ਕਿ ਇਹਦਾ ਬਣਾ ਕੇ ਕੋਈ ਪ੍ਰੋਪੋਜ਼ਲ ਕੈਬਨਿਟ ਚ ਲਿਆਂਦੀ ਜਾਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਉਹ ਮਿਸਟਰ ਚੀਫ ਮਿਨਿਸਟਰ ਚਲੇ ਜਾਂਦੇ ਨੇ ਫਿਰ ਜਰਜਿਤ ਚੰਨੀ ਆ ਜਾਂਦੇ ਨੇ ਚੰਨੀ ਨੂੰ ਵੀ ਕਹਿੰਦੇ ਦਿਖਾਇਆ ਗਿਆ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਹੁਸਨ ਲਾਲ ਦਾ ਨਾਮ ਵੀ ਦਿਆਂ ਗਿਆ ਕਿ ਜੀ ਇਹ ਦੇਖੋ ਆਪਾਂ ਕੀ ਕਰੀਏ ਤਾਂ ਉਹਨਾਂ ਨੇ ਕਿਹਾ ਮੇਰੇ ਭਤੀਜੇ ਨੂੰ ਮਿਲ ਲਓ ਤੇ ਭਤੀਜੇ ਦਾ ਨਾਮ ਦੱਸਤਾ ਜਸਨ ਤੇ ਉਹਨਾਂ ਨੇ ਵੀ ਇਹ ਕਹਿਤਾ ਕਹਿੰਦੇ ਜਸਨ ਕਹਿੰਦਾ ਉਹ ਆਂ ਉਂਗਲੀਆਂ ਖੜੀਆਂ ਕਰਤੀਆਂ ਵੀ ਤੁਸੀਂ ਕੰਮ ਤੁਹਾਡਾ ਵੱਡ ਜੂਗਾ ਪਰਸੋਂ ਨੂੰ ਕੈਬਨਟ ਹੈ ਤੇ ਉੱਥੇ ਆ ਜਿਓ ਫਿਰ ਜਿਵੇਂ ਨਾਰਮਲੀ ਭਗਵਾਨ ਮਾਨ ਦੀ ਹਾਦਤ ਹੈ ਚਾਹੇ ਉਹਨੇ ਜ ਸੀਰੀਅਸ ਹੋ ਕੇ ਕਰੇ ਪਰ ਗੱਲਾਂ ਉਹੀ ਦਸੀਆਂ ਉਸੇ ਤਰੀਕੇ ਦੇ ਨਾਲ ਗੱਲਾਂ ਇਹੀ ਕਹਿੰਆਂ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਵੀ ਇਹ ਜੇਬ ਚ ਆ ਜਾਂਦਾ ਹੈ ਜਾਂ ਉਹ ਕਾਰ ਚਾਹੁੰਦਾ ਇਹਨਾਂ ਨੂੰ ਤਾਂ ਉਹਨਾਂ ਹੀ ਸੀ ਵੀ ਜੇ ਵਾਲੇ ਦੋ ਕਹੇ ਹੋਣਗੇ ਤੇ ਉਹ ਕਹਿੰਦਾ ਕਾਰ ਚ ਚੱਲਦੇ ਆ ਉਹ ਕਹਿੰਦਾ ਆਪਣੇ ਕੋਲੇ ਹੈਗੇ ਆ ਕਾਫੀ ਚੀਜ਼ ਗੱਲ ਚੱਲੇ ਜੀ ਤੇ ਇੱਕ ਉਹਨਾਂ ਨੇ ਫੋਟੋ ਵੀ ਦੱਸੀ ਇਸੇ ਤਰ੍ਹਾਂ ਦੇ ਕਿਸੇ ਡਿਸਪੈਂਸਰੀ ਦੇ ਘਾਟਨ ਤੇ ਨਾਲ ਬਲਵੀਰ ਸਿੱਧੂ ਦਾ ਨਾਮ ਉਹਨਾਂ ਨੇ ਲਗਾਤਾਰ ਲਿਆ ਕਿਉਂਕਿ ਉਹਦਾ ਹਲਕਾ ਸੀ ਉਹਨਾਂ ਨੇ ਵੀ ਟਰਾਈ ਕੀਤੀ ਉਹਨਾਂ ਨੇ ਆਪ ਜਵਾਬ ਦਿੱਤਾ ਤੇ ਫਿਰ ਕਿਹਾ ਤੁਸੀਂ ਡਾਇਰੈਕਟ ਗੱਲ ਕਰਨੋ ਜੋ ਵੀ ਕਰਨੀ ਇਥੋਂ ਤੱਕ ਗੱਲ ਆਈ ਤੇ ਨਾਲ ਦੀ ਨਾਲ ਇਹ ਕਿਹਾ ਕਿ ਉਹ ਸਪੋਰਟਸ ਕੋਟੇ ਚ ਉਹਦੀ ਗ੍ਰੇਡੇਸ਼ਨ ਆਪ ਪੁਛੀ ਮਿਸਟਰ ਨੇ ਦੱਸਿਆ ਕਿ ਡੀ ਹੈ ਹੋਈ ਹੋਈ ਗ੍ਰੇਡੇਸ਼ਨ ਹੋਈ ਹੋਈ ਹੈ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਹੜਾ ਵੀ ਕੋਈ ਟੂਰਨਾਮੈਂਟ ਖੇਡਦਾ ਵੱਖ-ਵੱਖ ਟਾਈਪ ਦੇ ਮਾਮਲਿਆਂ ਦੇ ਵਿੱਚ 198.5% ਨੰਬਰ ਲੈਏ ਨੇ ਤੇ ਜਨਰਲ ਚ ਆ ਗਿਆ ਉਧਰ ਉਹ ਟਾਪਰ ਸੀਗਾ ਜੇਕਰ ਸਪੋਰਟਸ ਕੋਟੇ ਚ ਰੱਖਿਆ ਜਾਂਦਾ ਕਿਸੇ ਨਾਮ ਦੇ ਵਿੱਚ ਹੁਣ ਇਹ ਸਾਰੀਆਂ ਗੱਲਾਂ ਕਹਿ ਕੇ ਕਿ ਉਹ ਚੰਨੀ ਲੁਕਾ ਰਹੇ ਨੇ ਤੇ ਉਹ ਜਿਹੜੇ ਪੈਸੇ ਮੰਗੇ ਗਏ ਸੀ ਤੇ ਨਹੀਂ ਹੋਏ ਉਹ ਅਲੱਗ ਗੱਲ ਹੈ ਇਹ ਅਲੀਗੇਸ਼ਨ ਹੈ ਪਰ ਭਗਵਾਨਤਮਨ ਨੇ ਇਸ ਗੱਲ ਤੇ ਯਕੀਨੀ ਤੌਰ ਤੇ ਜਦੋਂ ਪੱਤਰਕਾਰ ਪੁੱਛ ਰਹੇ ਸੀ ਕਾਰਵਾਈ ਕੀ ਹੋਏਗੀ ਉਹ ਕਹਿੰਦਾ ਪਹਿਲਾਂ ਮੈਂ ਤੁਹਾਡੇ ਨਾਲ ਇੰਨੀ ਗੱਲ ਕੀਤੀ ਸੀ ਉਹ ਵੀ ਦੇਖਾਂਗੇ ਉਹ ਤਾਂ ਹੋਣੀ ਹੋਆ ਉਹ ਤਾਂ ਇਸ ਤਰੀਕੇ ਨਾਲ ਕਰਾਂਗੇ ਪਰ ਇੱਕ ਗੱਲ ਜਰੂਰ ਕਹੀ ਕਿ ਅਸੀਂ ਇਸ ਮੁੰਡੇ ਨੂੰ ਦੇਾਂਗੇ ਨੌਕਰੀ ਉਹਨਾਂ ਨੇ ਨਹੀਂ ਦਿੱਤੀ ਰਾ ਅਸੀਂ ਦੇ ਕੇ ਦਿਖਾਵਾਂਗੇ ਤੁਹਾਡੇ ਸਾਹਮਣੇ ਜਿਵੇਂ ਵੀ ਹੋਵੇ ਹੁਣ ਇਹਦਾ ਕਾਊਂਟਰ ਜਦੋਂ ਹੁੰਦਾ ਇੱਕ ਤਾਂ ਜਿਹੜੇ ਤੱਥ ਨਵੇਂ ਸਾਹਮਣੇ ਆਏ ਜਿਹੜੇ ਕਿ ਚੀਫ ਮਿਨਿਸਟਰ ਨੇ ਨਹੀਂ ਦਿੱਤੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਕਿਉਂਕਿ ਜੇ ਚੀਫ ਮਿਨਿਸਟਰ ਤੋਂ ਉਮੀਦ ਇਹ ਕੀਤੀ ਜਾਂਦੀ ਹੈ ਕਿ ਉਹ ਸਾਰੇ ਤੱਥ ਰੱਖ ਦੇ ਜਿੰਨੇ ਵੀ ਨੇ ਇੱਕ ਤਾਂ ਹਾਈ ਕੋਰਟ ਚ ਦੋ ਵਾਰ ਪਟੀਸ਼ਨ ਪਹਿਲਾਂ ਸਿੰਗਲ ਜੱਜ ਦੇ ਤੇ ਫਿਰ ਡਬਲ ਜੱਜ ਦੇ ਜਿਹੜੀ ਵਨਡਰਾ ਕਰ ਲਈ ਗਈ ਜਿਹੜੀ ਕਿ ਚਰਨਜੀਤ ਚੰਨੀ ਨੇ ਦਿਖਾਈ ਹੈ ਮਤਲਬ ਉੱਥੇ ਲੋਕਾਂ ਨੂੰ ਕਿ ਆ ਪਟੀਸ਼ਨ ਪਾਈ ਸੀ ਹਾਈ ਕੋਰਟ ਨੇ ਰਿਜੈਕਟ ਕੀਤੀ ਕਿ ਤੁਸੀਂ ਨਹੀਂ ਫਾਲੋ ਕਰਦੇ ਉਸ ਦੇ ਵਿੱਚ ਫਿਰ ਜਦੋਂ ਸਪੋਰਟਸ ਪਾਲਿਸੀ ਪ੍ਰਗਟ ਸਿੰਘ ਪਹਿਲਾਂ ਸਾਬਕਾ ਡਾਇਰੈਕਟਰ ਵੀ ਨੇ ਤੇ ਬਾਕੀ ਗੱਲਾਂ ਮinistr ਵੀ ਰਹੇ ਉਹ ਦੂ ਬਾਦ ਤੇ ਜਦੋਂ ਉਹ ਦੱਸਦੇ ਨੇ ਕਿ ਸਪੋਰਟਸ ਪਾਲਿਸੀ ਕਿਵੇਂ ਬਣੀ ਹੋਇਆ ਸਪੋਰਟਸ ਪਾਲਿਸੀ 올ੰਪੀਅਨ ਜਿਹਦੇ ਲਈ ਕਾਮਨ ਵੈਲਥ ਗੇਮਜ਼ ਔਰ ਜਿਹੜੀਆਂ ਵੀ ਏਸ਼ੀਅਨ ਗੇਮਜ਼ ਦੇ ਮੈਡਲਿਸਟ ਹੁੰਦੇ ਨੇ ਤੇ ਉਹਨਾਂ ਲਈ ਉਹਨਾਂ ਚ ਇੱਕ ਗ੍ਰੇਡੇਸ਼ਨ ਹੁੰਦੀ ਹੈ A+ ਗ੍ਰੇਡ ਹੈ A ਹੈ B+ ਗ੍ਰੇਡ ਹੈ B ਹੈ C ਹੈ D ਹੈ ਤੇ ਜਿਹੜੇ A+ ਗ੍ਰੇਡ ਵਾਲੇ ਬੰਦੇ ਨੇ ਜਿਹੜੇ ਉੱਥੇ ਜਾਂਦੇ ਨੇ ਟੌਪ ਦੇ ਵਿੱਚ ਉਹਨਾਂ ਨੂੰ ਕਲਾਸ 1 ਅਫਸਰ ਦੀ ਜੌਬ ਆਫਰ ਕੀਤੀ ਜਾ ਸਕਦੀ ਹੈ ਅਕੋਰਡਿੰਗ ਟੂ ਪਾਲਿਸੀ ਦੂਜੇ ਨੂੰ ਕੀਤੀ ਨਹੀਂ ਜਾ ਸਕਦੀ ਇਸ ਕਰਕੇ ਕੈਬਨਿਟ ਨਹੀਂ ਦੇ ਸਕਦੀ ਉਹਨਾਂ ਨੇ ਤਾਂ ਇਹ ਵੀ ਚੈਲੰਜ ਕੀਤਾ ਕਿ ਜੇ ਇਹ ਵੀ ਦੇ ਦੇਣਗੇ ਤਾਂ ਵੀ ਦੇ ਲੈਣਾ ਲਗਭਗ 2000 ਤੋਂ 2500 ਪਲੇਅਰ ਹੋਰ ਐਸੇ ਕੈਟਾਗਰੀ ਚ ਆ ਰਿਹਾ ਤਾਂ ਉਹਨਾਂ ਨੂੰ ਵੀ ਦੇਣੀ ਪੈਗੀ ਨਹੀਂ ਤਾਂ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਬਹੁਤ ਚੱਲੀਆਂ ਜਾਣਗੀਆਂ ਹੁਣ ਇਹ ਗੱਲ ਉਦੋਂ ਬਾਅਦ ਸਾਹਮਣੇ ਆਏਗੀ ਦੋਨਾਂ ਦੇ ਆਪਣੇ ਆਪਣੇ ਦਾਅਵੇ ਨੇ ਕਿ ਅਸੀਂ ਇਸ ਤਰੀਕੇ ਦੇ ਨਾਲ ਇਹ ਗੱਲ ਕਰਦੇ ਹਾਂ ਔਰ ਅਕਾਲੀ ਦਲ ਵੀ ਵਿੱਚ ਪੈ ਕੇ ਇੱਕ ਗੱਲ ਕੀਤੀ ਡਾਕਟਰ ਦਰਜੀਤ ਸਿੰਘ ਚੀਮਾ ਵੀ ਇਹਦੇ ਵਿੱਚ ਆਉਂਦੇ ਨੇ ਔਰ ਉਹ ਇਹ ਕਹਿ ਰਹੇ ਨੇ ਕਿ ਚੀਫ ਮਿਨਿਸਟਰ ਜਿਸ ਧੰਗ ਨਾਲ ਅੰਗੇ ਡੱਗ ਠਪਾਈ ਕਰ ਰਹੇ ਨੇ ਜੇ ਚੀਫ ਮਿਨਿਸਟਰ ਕੋਲ ਪੂਰੇ ਡਾਕੂਮੈਂਟੇਸ਼ਨ ਹੀ ਨਹੀਂ ਹੈ ਵਿਦਆਊਟ ਡਾਕੂਮੈਂਟੇਸ਼ਨ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਸੀਰੀਅਸਲੀ ਕਿਵੇਂ ਲਿਆ ਜਾਵੇ ਕੀ ਉਹ ਛੁਪਾ ਕੇ ਜਾਂ ਡਿਪਾਰਟਮੈਂਟ ਨੇ ਦੀ ਪੂਰੀ ਦਿੱਤੀ ਜਾਂ ਹੋਮਵਰਕ ਪੂਰਾ ਕਰਕੇ ਨਹੀਂ ਆਏ ਇੰਨੇ ਦਿਨਾਂ ਦੇ ਵਿੱਚ ਇਹਨੂੰ ਡਰਾਮਟਾਈਜ਼ ਕਿਉਂ ਕੀਤਾ ਗਿਆ ਦੂਜੀ ਗੱਲ ਉਹ ਕਹਿੰਦੇ ਨੇ ਕਿ ਵੱਡਾ ਇਸ਼ੂ ਅੱਜ ਦਾ ਪੰਜਾਬ ਦਾ ਇਹ ਸੀ ਕਿ ਲੱਖਾਂ ਵਿਦਿਆਰਥੀ ਕਿਲੋਮੀਟਰ ਤੈਅ ਕਰਕੇ ਆਪੋ ਆਪਣੇ ਕਾਲਜਾਂ ਯੂਨੀਵਰਸਿਟੀਆਂ ਚ ਗਿਆ ਤੇ ਉਹ ਐਗਜ਼ਾਮ ਦੇਣ ਤੋਂ ਰਹਿ ਗਿਆ ਐ ਐਗਜ਼ਾਮ ਦੇਣ ਤੋਂ ਕਿਉਂ ਰਹਿ ਗਿਆ ਕਿਉਂਕਿ ਜਿਹੜੀ ਐਕਸ਼ਨ ਕਮੇਟੀ ਹੈ ਪ੍ਰਾਈਵੇਟ ਕਾਲਜਾਂ ਦੀ ਦੇ ਟੀਚਰਾਂ ਦੀ ਪਲੱਸ ਬਾਕੀ ਜਿਹੜੇ ਸਰਕਾਰੀ ਵੀ ਨੇ ਉਹ ਉਹਨਾਂ ਦੀ ਸੈਂਟਰਲਾਈਜ਼ਡ ਪਾਲਿਸੀ ਜਿਹੜੀ ਹੈ ਉਹਦੇ ਕਰਕੇ ਜਿਹੜੇ ਐਡਮਿਸ਼ਨਾਂ ਦੀ ਉਦੇ ਕਰਕੇ ਹੜਤਾਲ ਕਰਤੀ ਉਹਨਾਂ ਨੇ ਤੇ ਇਸ ਗੱਲ ਨੂੰ ਜਦ ਤੁਸੀਂ ਬੱਚਿਆਂ ਨੂੰ ਪਹਿਲਾਂ ਕਹਿੰਦੇ ਨਾ ਆਇਓ ਪੇਪਰ ਕੈਨਸਲ ਕਰਤਾ ਤੁਸੀਂ ਐਡੀ ਦੂਰ ਨਾ ਆਇਓ ਜਾਂ ਤੁਸੀਂ ਉਹਨਾਂ ਨਾਲ ਗੱਲ ਨਿਪਟਾਉਂਦੇ ਕਿਤੇ ਤੇ ਉਹ ਬੱਚੇ ਕੀ ਕਰਨਗੇ ਇਸ ਤੋਂ ਬਾਅਦ ਵੀ ਉਹਦੀ ਗੱਲ ਕਰਨੀ ਚਾਹੀਦੀ ਹੈ ਸਰਕਾਰ ਚੋਂ ਕੋਈ ਨਹੀਂ ਬੋਲਿਆ ਹਜੇ ਤੱਕ ਇਹ ਅਲੀਗੇਸ਼ਨ ਲਾਇਆ ਮਤਲਬ ਪ੍ਰਾਇਓਰਟੀ ਕਿਹੜੀ ਚੀਜ਼ ਦੀ ਹੈ ਤੁਹਾਡੀ ਪ੍ਰਾਇਓਰਟੀ ਉਧਰ ਹੋਣੀ ਚਾਹੀਦੀ ਹੈ ਨਾ ਕਿ ਪ੍ਰਾਇਓਰਟੀ ਇੱਧਰ ਹੋਣੀ ਚਾਹੀਦੀ ਹੈ ਹੋਣੇ ਪੂਰਾ ਜਿਹੜਾ ਸਮਸਤ ਮਸਲਾ ਟੋਟਲ ਦਾ ਜਿਹੜਾ ਹੋਣ ਗਿਆ ਹੋਇਆ ਇੱਕ ਗੱਲ ਕਲੀਅਰ ਹੈ ਕਿ ਆਉਣ ਵਾਲੀ ਕੈਬਨਟ ਦੇ ਵਿੱਚ ਜਾ ਉਦੋਂ ਅਗਲੀ ਕਿਸੇ ਕੈਬਨਿਟ ਦੇ ਵਿੱਚ ਕੀ ਇਸ ਲੜਕੇ ਨੂੰ ਜਸਿੰਦਰ ਨੂੰ ਇਹ ਸਰਕਾਰ ਜੇ ਤਾਂ ਦਿੰਦੀ ਹੈ ਨੌਕਰੀ ਹਮ ਕਲਾਸ 1 ਅਫਸਰ ਦੀ ਦਿੰਦੀ ਹੈ ਪੀਪੀਐਸ ਦੇ ਮੁਤਾਬਕ ਉਹਦੇ ਕਰਾਈਟਰੀਏ ਤੋਂ ਬਾਹਰ ਕੱਢ ਕੇ ਦਿੰਦੀ ਹੈ ਕੋਈ ਸਪੈਸ਼ਲ ਕੇਸ ਬਣਾਉਂਦੀ ਹੈ ਨਹੀਂ ਬਣਾਉਂਦੀ ਹੈ ਕੀ ਕਰਦੀ ਹੈ ਉਹਦੇ ਤੋਂ ਤੈਅ ਹੋਏਗਾ ਉਦੋਂ ਭਗਵਾਨ ਜੇ ਤਾਂ ਦੇ ਜਾਂਦੀ ਹੈ ਨੌਕਰੀ ਠੀਕ ਤਰੀਕੇ ਨਾਲ ਉਹ ਚੈਲੰਜ ਨਹੀਂ ਹੁੰਦੀ ਉਹ ਸਟਕ ਡਾਊਨ ਨਹੀਂ ਹੁੰਦੀ ਬਾਕੀ ਆ ਫਿਰ ਤਾਂ ਗੱਲ ਇੱਕ ਹੱਦ ਤੱਕ ਹੀ ਬੰਦ ਲਈ ਜਾਏਗੀ ਕ੍ਰਾਪਸ਼ਨ ਉਹ ਚੋਰੀ ਰਾ ਉਹ ਨਹੀਂ ਫਿਰ ਇਹ ਹੋਊਗਾ ਵੀ ਉਹ ਦੇਖ ਸਕਦੇ ਸੀ ਇਹਨਾਂ ਨੇ ਕਿਉਂ ਨਹੀਂ ਦਿੱਤੀ ਜੀ ਉਹ ਇਹ ਵੀ ਨਹੀਂ ਦੇ ਸਕਦੇ ਜੇ ਕਹਿੰਦੇ ਨੇ ਕਲਾਸ ਬੰਦ ਤਾਂ ਨਹੀਂ ਦੇ ਸਕਦੇ ਉਦੋਂ ਗ੍ਰੇਡ ਨੀਚਾ ਕਰ ਦਿੰਦੇ ਨੇ ਵੀ ਕੋਈ ਹੋਰ ਦੇਖ ਲੈਣੇ ਆ ਕਿਤੇ ਇੰਸਪੈਕਟਰ ਭਰਤੀ ਕਰ ਦਿੰਦੇ ਆ ਕਿਤੇ ਹੋਰ ਫੇਰ ਨਹੀਂ ਉਹ ਗੱਲ ਬਣਦੀ ਫੇਰ ਇਹ ਗੱਲ ਨਹੀਂ ਉਸ ਪਦਰ ਤੇ ਇਕੱਲੀਗੇ ਸੰਜਣਾ ਇਹ ਆਇਆ ਗਿਆ ਦੂਜੇ ਜਿਹੜਾ ਉਹਨਾਂ ਨੇ ਆਪਣੀ ਸਫਾਈ ਚ ਅਲੀਗੇਸ਼ਨ ਦੀ ਸਫਾਈ ਕੀ 13 14 ਮਹੀਨਿਆਂ ਦੇ ਦੌਰਾਨ ਜੇ ਬਾਕੀ ਚ ਮੰਤਸਟਰਾਂ ਕੋਲੋਂ ਮੁੰਡਾ ਫਿਰ ਰਿਹਾ ਸੀ ਤੇ ਇਹ ਸਿਮ ਲਈ ਕਿਵੇਂ ਟੱਕਰਿਆ ਉਹਨਾਂ ਨੂੰ ਤੇ ਉਦੋਂ ਪਹਿਲਾਂ ਨਹੀਂ ਆਇਆ ਹੋਗਾ ਨੌਕਰੀ ਲੈਣ ਨੌਕਰੀ ਲੈਣ ਤਾਂ ਸਾਰੇ ਪੰਜੇ ਫਿਰਦੇ ਨੇ ਪੂਰੀ ਤਰ੍ਹਾਂ ਕੀ ਹੁਣ ਤੱਕ ਕੋਈ ਡਿਜ਼ਾਈਨ ਸਰਜਿਆ ਗਿਆ ਕਿ ਇਹਨੂੰ ਆਪਾਂ ਕਿਸ ਤਰੀਕੇ ਨਾਲ ਪੇਸ਼ ਕਰਨਾ ਹੈ ਨਹੀਂ ਤਾਂ ਚੁੱਪ ਕਰਕੇ ਨੌਕਰੀ ਉਹ ਦੇ ਦਿੰਦੇ ਜੇਕਰ ਐਂਡ ਹੁੰਦਾ ਤੇ ਉਦੋਂ ਬਾਅਦ ਗੱਲ ਕਰ ਲੈਂਦੇ ਜੇਕਰ ਕਰਨੀ ਹੁੰਦੀ ਕੀ ਇਹਦੇ ਪਿੱਛੇ ਉਹ ਪੋਲਿਟਿਕ ਪੋਲਿਟੀਕਲ ਗੇਮ ਵੀ ਕੋਈ ਹੈ ਕਿ ਨਹੀਂ ਹੈ ਇਹ ਸਾਰੇ ਸਵਾਲ ਹਵਾ 'ਚ ਤੈਰ ਰਹੇ ਨੇ ਔਰ ਜਦੋਂ ਹੁਣ ਉਹ ਸਾਹਮਣੇ ਆ ਗਿਆ ਔਰ ਇਹਦੇ ਚ ਅਚੀਵ ਮਿਸਟਰ ਨੇ ਅਜੇ ਵੀ ਕਮਿਟਮੈਂਟ ਨਾਲ ਇਹ ਨਹੀਂ ਕੀਤਾ ਕਿ ਪਰਚਾ ਤਾਂ ਜਰੂਰ ਜੇਵੇਂ ਚੰਨੀ ਕਹ ਰਿਹਾ ਕਰ ਦੋ ਐਫ ਆਈ ਆਰ ਕਰੋ ਪੁਲਿਸ ਵਾਲੇ ਬਣਾਉਣਗੇ ਅਸੀਂ ਜਾ ਕੇ ਦੱਸ ਦਾਂਗੇ ਤੁਹਾਡੇ ਕੋਲ ਕੀ ਹੈ ਕਿਉਂਕਿ ਲੈਂਡ ਦੇਣ ਕੁਝ ਨਹੀਂ ਹੋਇਆ ਇਹਦੇ ਚ ਅਸਲ ਦੇ ਵਿੱਚ ਟ੍ਰਾਂਸਫਰ ਕੁਝ ਨਹੀਂ ਹੋਇਆ ਹੋਰ ਕੋਈ ਕੇਸ ਤੇ ਨਹੀਂ ਕੁਝ ਹੋਣਾ ਐਕਚੁਅਲੀ ਇਹ ਪੋਲਿਟਿਕਲ ਕੁਐਸਚਨ ਹੀ ਨਹੀਂ ਮੋਰੈਲਟੀ ਦਾ ਸਵਾਲ ਨੇ ਕਿ ਤੁਸੀਂ ਕੀਤਾ ਜਾਂ ਨਹੀਂ ਕੀਤਾ ਉਹ ਤੁਹਾਡੇ ਸਾਹਮਣੇ ਆਊਗੀ ਜੀ ਸਰਦ ਜਗਤਾਰ ਸਿੰਘ ਜੀ ਸਭ ਤੋਂ ਇਹਦੇ ਵਿੱਚ ਦੇਖਣ ਵਾਲੀ ਗੱਲ ਇਹਦੀ ਟਾਈਮਿੰਗ ਆ ਮੁੱਖ ਮੰਤਰੀ ਸਵੇਰੇ ਸੌਂ ਚਕਾਰੇ ਸੀ 11:30 ਵਜੇ ਦੇ ਕਰੀਬ ਆਪਣੇ ਮੰਤਰੀਆਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਦਾ ਦੋ ਦਿਨ ਪਹਿਲਾਂ ਤੋਂ ਜਿੱਦਾਂ ਟਾਈਮ ਬਣ ਕੇ ਜਾਣਾ ਹੁੰਦਾ ਕਿਤੇ ਲੜਨਾ ਹੁੰਦਾ ਜਾਂ ਸਮਝੌਤੇ ਲਈ ਜਾਣਾ ਹੁੰਦਾ ਟਾਈਮ ਵੱਜਾ ਹੋਇਆ ਸੀ ਤੇ ਉਹ ਟਾਈਮ ਵੱਜੇ ਤੇ ਆਣ ਕੇ ਉਹਨਾਂ ਨੇ ਆਪਣਾ ਉਹ ਰਿਵੀਲ ਕਰਤਾ ਸਾਰਾ ਕੁਝ ਹੁਣ ਇਹਦਾ ਇਹਦੀ ਟਾਈਮਿੰਗ ਜਿਹੜੀ ਹੈ ਉਹ ਕੇਂਦਰੀ ਸਿਆਸਤ ਨਾਲ ਜਾ ਕੇ ਜੁੜਦੀ ਆ ਕੇਂਦਰੀ ਸਿਆਸਤ ਦੇ ਵਿੱਚ ਕੇਜਰੀਵਾਲ ਡਾਕਚ ਨੇ ਉਹਨਾਂ ਨੂੰ ਪੰਗੇ ਚ ਪਾਇਆ ਹੋਇਆ ਆਰਡੀਨੈਂਸ ਨੇ ਔਰ ਕੇਦਰੀਵਾਲ ਸ਼ਾਇਦ ਇਸ ਵੇਲੇ ਪੂਰੀ ਤਰ੍ਹਾਂ ਵਿਅਸਤ ਵੀ ਹੈਗੇ ਨੇ ਆਪਣੇ ਦਿੱਲੀ ਦੇ ਵਿੱਚ ਪੰਜਾਬ ਦੇ ਮਸਲਿਆਂ ਦੇ ਉੱਤੇ ਉਹਨਾਂ ਕੋਲ ਉਨੀ ਫੁਰਸਤ ਨਹੀਂ ਹੋਊਗੀ ਔਰ ਇਹ ਦੇਖਿਆ ਵੀ ਜਾ ਰਿਹਾ ਕਿ ਜਿਹੜੇ ਬਜਾਰਤ ਨਾਲ ਜੁੜੇ ਫੈਸਲੇ ਹਨ ਉਹਨਾਂ ਤੇ ਭਗਵੰਤ ਮਾਨ ਦੀ ਬਤੌਰ ਮੁੱਖ ਮੰਤਰੀ ਸ਼ਾਪ ਸਾਫ਼ ਨਜ਼ਰ ਆਉਂਦੀ ਜਿਹੜਾ ਇਹ ਕਿਲ ਠੋਕਿਆ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਤੇ ਕਾਂਗਰਸੀਆਂ ਦੇ ਖਿਲਾਫ ਜਿਹਦੇ ਵਿੱਚ ਕਾਂਗਰਸੀਏ ਇੱਕ ਮੁੱਠ ਲੱਗ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਸਾਬ ਲਵਜਨ ਕਹਿ ਰਹੇ ਬਾਰ ਬਾਰ ਇਹ ਕਹਿ ਕੇ ਸਾਡਾ ਬੰਦਾ ਸਾਡਾ ਬੰਦਾ شریف ਬੰਦਾ ਸਾਡਾ شریف ਬੰਦਾ ਸੋ ਇਹਨੂੰ ਇਸ ਟਾਈਮਿੰਗ ਨੂੰ ਤੇ ਇਸ ਮੌਕੇ ਨੂੰ ਤੁਸੀਂ ਕਿਵੇਂ ਦੇਖਿਆ ਪਹਿਲੀ ਗੱਲ ਟਾਈਮਿੰਗ ਤੋਂ ਵੀ ਮੁੱਖ ਮੰਤਰੀ ਅਲੀਗੇਸ਼ਨ ਹੀ ਲੌਲਾ ਹੁੰਦਾ ਜੇ ਮਾਨ ਸਾਹਿਬ ਐਕਸ਼ਨ ਲੈਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਦੇ ਉਹ ਇਹਨਾਂ ਦਾ ਏਰੀਆ ਆਫ ਜੂਰਡਿਕਸ਼ਨ ਹੈ ਐਫ ਆਰ ਹੁੰਦੀ ਤੇ ਉਹਦੀ ਕਾਪੀ ਮਾਨ ਸਾਹਿਬ ਪ੍ਰੈਸ ਕਾਨਫਰੰਸ ਦੇ ਵਿੱਚ ਰਿਲੀਜ਼ ਕਰ ਦੇ ਉਹ ਤਾਂ ਗੱਲ ਸਮਝ ਆਉਂਦੀ ਹੈ ਸੀਐਮ ਅਲੀਗੇਸ਼ਨ ਨਹੀਂ ਲਾਉਂਦਾ ਤੁਸੀਂ ਸਰਕਾਰ ਅਗੇ ਸਰਕਾਰ ਦੇ ਕੋਲੇ ਤਾਂ ਸਾਰਾ ਕੁਝ ਤੁਸੀਂ ਪਹਿਲੇ ਐਕਸ਼ਨ ਲਓ ਤੇ ਉਸ ਤੋਂ ਬਾਅਦ ਤੁਸੀਂ ਲੋਕਾਂ ਦੇ ਵਿੱਚ ਜਾਓ ਕਿ ਆਸੀਂ ਐਕਸ਼ਨ ਲੈ ਲਿਆ ਸੋ ਮੈਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ ਕਿ ਇੱਕ ਸੀਐਮ ਇੱਕ ਅਲੀਗੇਸ਼ਨ ਕਿਵੇਂ ਲਾ ਸਕਦਾ ਹੁਣ ਤੱਕ ਇਹ ਸਾਰਾ ਮਾਮਲਾ ਅਲੀਗੇਸ਼ਨ ਦਾ ਹੈ ਸੀ엠 ਅਲੀਕੇਸ਼ਨ ਹੀ ਨਾ ਉਹਨਾਂ ਦਾ ਸਰਕਾਰ ਤੇ ਉਹ ਸਰਕਾਰ ਚਲਾ ਰਹੇ ਨੇ ਤੁਸੀਂ ਪਹਿਲਾਂ ਐਕਸ਼ਨ ਲਓ ਐਫ ਆਈ ਆਰ ਜਸੂ ਕਰੋ ਫਿਰ ਤੁਸੀਂ ਉਹਨੂੰ ਰਿਲੀਜ਼ ਕਰੋ ਮੇਰੇ ਖਿਆਲ ਦੇ ਵਿੱਚ ਟੈਕਨੀਕਲੀ ਪ੍ਰੋਸੀਜਰ ਹੈ ਸੋ ਇਸੇ ਕਰਕੇ ਜਿਸ ਧੱਗ ਨਾਲ ਇਹ ਸਾਰਾ ਇਸ਼ੂ ਟੇਕ ਅਪ ਕੀਤਾ ਗਿਆ ਹੈ ਉਤੋਂ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਆ ਮੈਂ ਇੱਕ ਗੱਲ ਵਾਪਸ ਜਾਣਾ ਚਾਹੁੰਦਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਦੇ ਖਿਲਾਫ ਜਿਸ ਦਿਨ ਐਕਸ਼ਨ اناਊਂਸ ਕੀਤਾ ਗਿਆ ਵਿਜੀਲੈਂਸ ਨੇ ਔਰ ਜਿਹੜਾ ਪ੍ਰੈਸ ਰੋਟ ਸੀ ਨਾ ਉਹਦੇ ਉੱਤੇ ਲਿਖਿਆ ਸੀ 3600 ਕਰੋੜ ਦਾ ਇਹਨਾਂ ਨੇ ਸਕੈਮ ਕੀਤਾ ਵਿੱਚ ਸੀਗਾ ਸਿਰਫ 47 ਕਰੋੜ ਦਾ 78 ਕਰੋੜ ਦਾ ਹੁਣ ਜਿਹੜਾ ਇਹ ਸਟਾਈਲ ਹੈ ਉਹ ਕੁਛ ਨਹੀਂ ਬੋਲ ਰਿਹਾ ਤੁਸੀਂ ਫੈਕਟਸ ਕੁਝ ਹੋਰ ਕਹਿ ਰਹੇ ਹੋ ਤੁਸੀਂ ਪ੍ਰੋਪਾਗੈਂਡਾ ਕੁਝ ਹੋਰ ਕਰ ਰਹੇ ਹੋ ਬੈਠੇ ਉਹੀ ਚੀਜ਼ ਇੱਥੇ ਅਪਲਾਈ ਹੁੰਦੀ ਹੈ ਵੀ ਜੇ ਤੁਹਾਡੇ ਕੋਲ ਐਵੀਡੈਂਸ ਸੀ ਤੁਸੀਂ ਉੱਤੇ ਕੇਸ ਰਜਿਸਟਰ ਕਰਦੇ ਫਿਰ ਲੋਕਾਂ ਦੇ ਵਿੱਚ ਜਾਂਦੇ ਵੀ ਅਸੀਂ ਚਨੀ ਦੇ ਖਿਲਾਫ ਆ ਐਵੀਡੈਂਸ ਇਕੱਠੀ ਕੀਤੀ ਹੈ ਤੇ ਇਹਦੇ ਖਿਲਾਫ ਅਸੀਂ ਆ ਕੇਸ ਰਜਿਸਟਰ ਕਰਤਾ ਉਹ ਗੱਲ ਸਮਝ ਆਉਂਦੀ ਹੈ ਇਹਦੇ ਚ ਇੱਕ ਇਹ ਹਾਂ ਇਹਦੇ ਚ ਇੱਕ ਚੀਜ਼ ਕਿਉਂਕਿ ਇਹਦੇ ਵਿੱਚ ਐਵੀਡੈਂਸ ਹੈ ਹੀ ਨਹੀਂ ਇੱਕ ਬੰਦਾ ਦੋਸ਼ ਲਾ ਰਿਹਾ ਮੰਨ ਲਓ ਮੈਂ ਖੜਾ ਹੋ ਕੇ ਕਿਸੇ ਤੇ ਵੀ ਦੋਸ਼ ਲਾ ਦੂੰਗਾ ਤੇ ਕੀ ਇਹਨੂੰ ਕੋਰਟ ਦੇ ਵਿੱਚ ਟ੍ਰਾਇਲ ਦੌਰਾਨ ਸਾਬਤ ਕਰ ਪਉਣਾ ਸੰਭਵ ਹੋਊਗਾ ਸਟੈਬਲਿਸ਼ ਕਰਨਾ ਸੰਭਵ ਹੋਊਗਾ ਇਹ ਸਵਾਲ ਸ਼ਾਇਦ ਮੁੱਖ ਮੰਤਰੀ ਨੂੰ ਵੀ ਪਤਾ ਸੀ ਇਸੇ ਕਰਕੇ ਉਹਨਾਂ ਨੇ ਹੁੱਬਕੇ ਨਹੀਂ ਕਿਹਾ ਕਿ ਅਸੀਂ ਐਫ ਆਈ ਆਰ ਕਰਤੀ ਹੈ ਨਹੀਂ ਫਿਰ ਵੀ ਸੀਐਮ ਦਾ ਕੰਮ ਇਸ ਤਰ੍ਹਾਂ ਅਲੀਗੇਸ਼ਨ ਲਾਉਣਾ ਨਹੀਂ ਹੁੰਦਾ ਮੈਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਸੀਐਮ ਦਾ ਕੰਮ ਐਕਸ਼ਨ ਲੈਣਾ ਹੁੰਦਾ ਹੈ ਸਿਆਸਤ ਹੋਰ ਥਾਤੇ ਹੁੰਦੀ ਹੈ ਉਹ ਤੁਸੀਂ ਇਲੈਕਸ਼ਨ ਕੰਪੇਨ ਨਹੀਂ ਹਾਂਜ ਕਰ ਰਹੇ ਕਿ ਤੁਰੇ ਫਿਰਦੇ ਕਿ ਤੁਸੀਂ ਹੁਣ ਕੁਝ ਕਰ ਨਹੀਂ ਸਕਦੇ ਹੁਣ ਸਿਚੁਏਸ਼ਨ ਹੋਰ ਹੈ ਹੀ ਦੀ ਸੀਐਮ ਇਹਨੂੰ ਤੇ ਐਕਸ਼ਨ ਔਰ ਜਾਂ ਅਲੀਗੇਸ਼ਨ ਆ ਲੋ ਸੀਐਮ ਦਾ ਕਾ ਮਲੀਗੇਸ਼ਨ ਲਾਉਣਾ ਨਹੀਂ ਗੇ ਮੈਂ ਮੋਟੀ ਗੱਲ ਕਰ ਰਿਹਾ ਮੈਂ ਉੱਥੇ ਖੜਾ ਹਾਂ ਫੋ ਦੇ ਇਹ ਅਲੀਗੇਸ਼ਨ ਕਾਉਂਟਰ ਅਲੀਗੇਸ਼ਨ ਲੱਗ ਰਹੀ ਹੈ ਤੇ ਇਹਦੇ ਪਿੱਛੇ ਕੀ ਹੈ ਹੁਣ ਟਾਈਮਿੰਗ ਤੁਸੀਂ ਗੱਲ ਕੀਤੀ ਹੈ ਵੀ ਟਾਈਮਿੰਗ ਬਹੁਤ ਇੰਪੋਰਟੈਂਟ ਹੈ ਜਦੋਂ ਨੈਸ਼ਨਲ ਲੈਵਲ ਤੇ ਇੱਕ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਜਿਹਦੇ ਵਿੱਚ ਆਪ ਪਾਰਟੀ ਦਾ ਚੀਫ ਤੇ ਦਿੱਲੀ ਦਾ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਮੇਨ ਪਲੇਅਰ ਹੈ ਕਿ ਸਾਰੀਆਂ اپੋਜੀਸ਼ਨ ਪਾਰਟੀਆਂ ਦੇ ਸਪੋਰਟ ਮੋਬਲਾਈਜ਼ ਕੀਤੀ ਜਾਵੇ ਜਿਹੜਾ ਬੀਜੇਪੀ ਮੋਦੀ ਸਰਕਾਰ ਨੇ ਦਿੱਲੀ ਐਡਮਿਨਿਸਟ੍ਰੇਸ਼ਨ ਬਾਰੇ ਆਰਡੀਨੈਂਸ ਕਢਿਆ ਜਿਹੜੀਆਂ ਪਾਵਰਾਂ ਦਿੱਲੀ ਸਰਕਾਰ ਦੇ ਘਟੇਲ ਕਰਦੀਆਂ ਉੱਥੇ ਸਾਰੀ اپੋਜੀਸ਼ਨ ਕੋ ਠੇਕ ਕੀਤੀ ਜਾਵੇ ਜੋ ਕੁਝ ਅੱਜ ਹੋਇਆ ਉਸ ਤੋਂ ਬਾਅਦ ਕਿ ਕਾਂਗਰਸ ਪੰਜਾਬ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਪੰਜਾਬ ਦੇ ਆਪਣੇ ਲੀਡਰਸ ਨੂੰ ਇਗਨੋਰ ਕਰਕੇ ਇਹ ਆਪ ਦਿਨਾਂ ਕੰਸਲਟ ਕੀਤੇ ਆ ਉਸ ਰੂਪ ਦੇ ਕੋਈ ਸਪੋਰਟ ਦੇ ਸਕਦੀ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਕਾਂਗਰਸੀ ਦਿੱਲੀ ਮਿਲ ਕੇ ਆਏ ਆ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਕਾਂਗਰਸ ਕਮੇਟੀ ਹੈਗੀ ਉਹਨਾਂ ਦਾ ਕੇਸ ਵੀ ਹੈਗਾ ਲੇਕਿਨ ਉੱਥੇ ਕੋਈ ਇਸ ਤਰ੍ਹਾਂ ਦੀ ਕੋਈ ਐਲੀਗੇਸ਼ਨ ਨਹੀਂ ਲੱਗ ਰਹੀ ਦੋਨਾਂ ਫਰਕ ਹੈ ਦਿੱਲੀ ਦੇ ਵਿੱਚ ਉਹ ਪੋਲਿਟੀਕਲ ਲੈਵਲ ਤੇ ਕਹਿ ਰਹੇ ਆ ਵੀ ਸਾਨੂੰ ਸੂਟ ਨਹੀਂ ਕਰਦੇ ਇਸ ਆਰਡੀਨੈਂਸ ਨੂੰ ਆਪੋਸ ਕਰਨਾ ਜਾਂ ਅਰਵਿੰਦ ਕੇਧਿਰ ਵਾਲ ਨੂੰ ਸਪੋਰਟ ਕਰਨਾ ਪੰਜਾਬ ਦਾ ਕੇਸ ਡਿਫਰੈਂਟ ਹੈ ਪੰਜਾਬ ਦੇ ਵਿੱਚ ਇੱਥੇ ਅਲੀਗੇਸ਼ਨਸ ਤੇ ਕੇਸਸ ਬਣ ਰਹੇ ਆ ਕਾਗਰਸੀਆਂ ਖਿਲਾਫ ਕ腐ਪਸ਼ਨ ਦੇ ਇੱਥੇ ਸੱਦਾਕਸ਼ਨ ਹੋ ਰਿਹਾ ਸੋ ਇਹ ਗੱਲ ਜਾ ਰਹੀ ਸਿੱਧੇ ਸੇ ਦਿੱਲੀ ਨੂੰ ਹੁਣ ਕੀ ਉਸ ਬੈਕਗਰਾਉਂਡ ਦੇ ਵਿੱਚ ਕੱਲ ਨੂੰ ਲੀਡਰਸ਼ਿਪ ਇਹ ਫੈਸਲਾ ਲੈ ਸਕਦੀ ਹੈ ਪਛੜੇ ਕੁਝ ਸਮੇਂ ਤੋਂ ਭਗਵੰਤਮਾਨ ਆਪਣੀ ਸਪੇਸ ਬਣਾ ਰਿਹਾ ਹੈ ਹਰ ਲੈਵਲ ਤੇ ਤੇ ਹੁਣ ਨਜ਼ਰ ਆ ਰਿਹਾ ਹੈ ਕਿ ਉਹ ਜਿਹੜੀ ਪਹਿਲਾਂ ਐਲੀਗੇਸ਼ਨ ਲੱਗਦੀ ਸੀਗੀ ਕਿ ਉਹ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਤੇ ਦਿੱਲੀ ਦੀ ਇੰਟਰਫੀਰੈਂਸ ਨਾਲ ਸਰਕਾਰ ਦਿੱਲੀ ਵਾਲੇ ਚਲਾ ਰਹੇ ਆ ਹੁਣ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿ ਉਹ ਜਿਹੜਾ ਐਮਏਸੀ ਉਹ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਭਗਵੰਤਮਾਨ ਇੰਡੀਪੈਂਡੈਂਟਲੀ ਆਪਣਾ ਰਸਤਾ ਲੱਭ ਰਿਹਾ ਹੈ ਪਰ ਜੋ ਸਾਰੀ ਗੱਲ ਉਸ ਫਰੇਮਵਰਕ ਦੇ ਵਿੱਚ ਦੇਖੀ ਜਾਵੇ ਤਾਂ ਸਮਝ ਆਉਂਦੀ ਹੈ ਕਿ ਇਹ ਇੱਕ ਮੇਜਰ ਥਰਸਟ ਹੈ ਜਿੱਥੇ ਉਹ ਆਪਣਾ ਰਸਤਾ ਆਪ ਅਖਤਿਆਰ ਕਰ ਰਹੇ ਹੈ ਜੀ ਇਹਦੇ ਵਿੱਚ ਇੱਕ ਸਵਾਲ ਤੁਸੀਂ ਬੜਾ ਅਹਿਮ ਉਠਾਇਆ ਸਰਦਾਰ ਹਮੇਸ਼ ਸਿੰਘ ਜੀ ਤੁਸੀਂ ਤਾਂ ਉੱਤੇ ਥੋੜੇ ਸਰਗਰਮ ਵੀ ਹੈਗੇ ਹੋ ਅੱਜ ਜਿਹੜਾ ਰਾਜ ਭਵਨ ਹੈ ਪੰਜਾਬ ਦਾ ਉਹਦੇ ਵਿੱਚ ਜਿੱਥੇ ਸੌ ਚੁੱਕ ਸਮਾਗਮ ਸੀ ਰਗ ਬਚੜਾ ਮਜੂਦ ਸੀਗੇ ਹਾਲਾਂਕਿ ਅੱਜ ਸ਼ਾਮ ਨੂੰ ਡਿਨਰ ਵੀ ਹੈ ਉਹ ਮੁੱਖ ਮੰਤਰੀ ਨੇ ਡਿਨਰ ਦੇਣਾ ਸਾਰਿਆਂ ਨੂੰ ਮੰਤਰੀਆਂ ਐਮਐਲਏਜ਼ اور ਐਮਪੀਜ਼ ਨੂੰ ਤੇ ਉਹਨਾਂ ਦਾ ਆਉਣਾ ਸੁਭਾਵਿਕ ਸੀ ਸ਼ਾਮ ਨੂੰ ਹੋ ਸਕਦਾ ਉਹ ਸਵੇਰੇ ਲੇਕਿਨ ਰਾਗਵ ਚੱਡਾ ਦੀ ਮੌਜੂਦਗੀ ਅਕਸਰ ਉਸ ਵੇਲੇ ਦਰਜ ਹੁੰਦੀ ਹੈ ਦਰਜ ਕੀਤੀ ਜਾਂਦੀ ਹੈ ਜਦੋਂ ਉਹਨਾਂ ਦੀ ਮਦਖਲਤ ਹੁੰਦੀ ਹੈ ਜਦੋਂ ਉਹ ਫੈਸਲਾ ਕੰਨ ਹੁੰਦੇ ਆ ਕੀ ਮਹਿਕਮਿਆਂ ਦੀ ਤਬਦੀਲੀ ਦੇ ਵਿੱਚ ਜਿਵੇਂ ਮਾਝੇ ਦੇ ਇੱਕ ਮੰਤਰੀ ਟ੍ਰਾਂਸਪੋਰਟ ਮੰਤਰੀ ਨੂੰ ਅੱਤ ਐਮ ਮਹਿਕਮਾ ਪੰਚਾਇਤਾਂ ਦਾ ਇਹ ਵੀ ਲਗਭਗ ਪੰਜਾਬ ਨੂੰ ਡੀਲ ਕਰਦਾ ਹੈ ਕਿ ਪੰਚਾਇਤੀ ਚੋਣਾਂ ਵੀ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਪੰਚਾਇਤ ਮੰਤਰੀ ਦੀ ਔਰ ਇਸ ਮਹਿਕਮੇ ਦੀ ਭੂਮਿਕਾ ਵੀ ਹੁੰਦੀ ਹੈ ਕਿ ਤੁਸੀਂ ਨਵੀਆਂ ਪੰਚਾਇਤਾਂ ਕਿੰਨੀਆਂ ਬਣਾਉਣੀਆਂ ਰਾਖਵੇਂਕਰਨ ਕਿਵੇਂ ਕਰਨੇ ਸਾਰੀਆਂ ਗੱਲਾਂ ਔਰ ਇਨ੍ਹਾਂ ਤੇ ਦੂਜੇ ਪੱਨੇ ਜਿਹੜੀ ਚੋਣ ਹੋਣ ਵਾਲੀ ਤੁਰੰਤ ਕਾਰਪੋਰੇਸ਼ਨ ਔਰ ਵੱਡੇ ਸ਼ਹਿਰਾਂ ਦੀ ਪੰਜ ਸ਼ਹਿਰਾਂ ਦੀ ਹੋਣ ਵਾਲੀ ਉਹਦੇ ਵਿੱਚ ਬਲਕਾਰ ਸਿੰਘ ਨੂੰ ਚੋਸ ਕੀਤਾ ਜਾਣਾ ਰਗਵ ਚੱਡੇ ਦਾ ਮੌਜੂਦ ਰਹਿਣਾ ਮੁੱਖ ਮੰਤਰੀ ਦਾ ਡਾਕਟਰ ਨੱਜਰ ਦੇ ਨਜ਼ਰੀਏ ਤੋਂ ਫੈਸਲਾ ਕੌਣ ਹੋਣਾ ਕੀ ਤਾਕਤਾਂ ਦੇ ਸਮਾਤੋਲ ਦੇ ਨਜ਼ਰੀਏ ਤੋਂ ਇਹ ਤਾਕਤ ਵੰਡ ਦਾ ਮਾਮਲਾ ਜਦੋਂ ਕੇਜਰੀਵਾਲ ਫਸੇ ਹੋਇਆ ਭਗਵੰਤ ਮਾਨ ਪਾਵਰਫੁੱਲ ਲੱਗ ਰਿਹਾ ਕੀ ਸਾਰੀ ਪਾਵਰ ਜਾਂ ਸਾਰੇ ਫੈਸਲੇ ਭਗਵੰਤ ਮਾਨ ਨੇ ਕੀਤੇ ਆ ਜਾਂ ਜਿਹੜੀ ਮਹਿਕਮਿਆਂ ਦੀ ਅਦਲਾ ਬਦਲੀ ਆ ਇਹਦੇ ਵਿੱਚ ਰਗਵ ਚੱਡਾ ਦਾ ਵੀ ਕੋਈ ਰੋਲ ਰਿਹਾ ਇਹ ਵੀ ਸਵਾਲ ਐਡਰੈਸ ਕਰਨ ਵਾਲੇ ਨੇ ਔਰ ਇਹ ਉਹਨਾਂ ਘੇਰਿਆਂ 'ਚੋਂ ਸੁਣੀ ਦੇ ਨੇ ਮੈਂ ਇਹ ਤੁਹਾਡੇ ਤੋਂ ਲੈਣਾ ਚਾਹਾਂਗਾ ਸਰਦਾਰ ਹਮਿੰਦਰ ਸਿੰਘ ਜੀ ਲੇਕਿਨ ਆਪਾਂ ਜਿਹੜਾ ਉਹ ਚੰਨੀ ਬਾਜਵਾ ਪ੍ਰਗਟ ਸਿੰਘ ਭਗਵੰਤ ਮਾਨ ਅਕਾਲੀ ਦਲ ਉਹਦੇ ਵਿੱਚ ਇੱਕ ਸਿੱਖ ਮਾਮਲਾ ਉਠਾਇਆ ਗਿਆ ਕਿ ਇਹਨੂੰ ਵੀ ਸੀਰੀਅਸਲੀ ਲੈਣਾ ਪਣਦਾ ਬਿਲਕੁਲ ਮੈਨੂੰ ਇਹ ਲੱਗਦਾ ਕਿ ਜਿਹੜੀ ਸਪੇਸ ਹੈ ਅਕਾਲੀ ਦਲ ਦੀ ਜਾਂ ਬਾਕੀ ਤੇ ਕਾਂਗਰਸ ਦੇ ਵੀ ਬਾਜਵਾ ਨੂੰ ਸ਼ਾਇਦ ਇਹ ਲੱਗਦਾ ਉਹਨਾਂ ਨੇ ਪਹਿਲਾਂ ਵੀ ਉਠਾਇਆ ਸੀ ਜਲੰਧਰ ਵੀ ਇਹ ਮੁੱਦਾ ਇੱਕ ਵਾਰ ਜਦੋਂ ਇਲੈਕਸ਼ਨ ਚੱਲ ਰਹੀ ਸੀ ਪ੍ਰੈਸ ਕਾਨਫਰੰਸ ਦੇ ਦੌਰਾਨ ਔਰ ਕਿਤੇ ਨਾ ਕਿਤੇ ਇਹ ਲੱਗਦਾ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਗਿਆਨੀ ਜੈਲ ਸਿੰਘ ਸੀ ਜਿਹੜੇ ਲੀਡਰ ਥੋੜਾ ਜਿਹਾ ਸਿੱਖੀ ਸਾਈਡ ਨਾਲ ਵੀ ਜੁੜੇ ਰਹੇ ਤੇ ਉਹ ਜਾਦਾ ਸਟੈਬਲਿਸ਼ਡ ਲੀਡਰ ਰਹੇ ਦੇ ਕਾਂਗਰਸ ਦੇ ਵਿੱਚ ਉਹਨਾਂ ਦੀ ਮਾਨਤਾ ਕੰਪੈਰੀਟਿਵਲੀ ਜਿਆਦਾ ਦੇਖੀ ਗਈ ਹੈ ਸ਼ਾਇਦ ਬਾਜਵਾ ਉਸ ਰੋਲ 'ਚ ਤਾਂ ਆਪਣੇ ਆਪ ਨੂੰ ਦੇਖਦੇ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੈਂਟੀਮੈਂਟਸ ਦੇ ਉਸ ਤਰ੍ਹਾਂ ਤੇ ਜਿਹੜਾ ਕਿ ਕਿਹਾ ਗਿਆ ਔਰ ਉਹਦੇ 'ਚ ਨਾਲ ਇੱਕ ਗੱਲ ਵੀ ਹੈ ਪ੍ਰੈਕਟਿਸ ਵੀ ਦਿਖਾਈ ਦਿੰਦੀ ਹੈ ਨਾ ਕਿ ਬਲੋ ਕਹਿੰਦੇ ਨੇ ਭਗਵੰਤ ਮਾਨ ਦੇ ਸਿੰਘ ਨਹੀਂ ਹੈ ਵਿੱਚ ਲਿਖਿਆ ਜਾਂਦਾ ਨਾ ਕਹਿੰਦੇ ਨੇ ਉਹਨਾਂ ਦੇ ਪੱਗ ਤੱਕ ਕਹਾ ਜਾਂਦੇ ਨੇ ਵੀ ਉਹਨਾਂ ਦੇ ਕੇਸ ਨਹੀਂ ਰੱਖੇ ਹੋਏ ਬਾਕੀ ਦੀਆਂ ਚੀਜ਼ਾਂ ਨੇ ਮਾਰੇ ਕੋਲ ਤੋਂ ਵੱਡਾ ਸਿੰਬੋਲਿਕ ਚੀਜ਼ ਜਿਹੜੀ ਸੀ ਜਦੋਂ ਸ੍ਰੀ ਦੇਵ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਫੋਟੋ ਲੱਗਦੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਮੁਤਾਬਕ ਦਫਤਰਾਂ ਦੇ ਵਿੱਚ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਗਾਇਬ ਹੋ ਜਾਂਦਾ ਹੈ ਤੇ ਜਿੱਥੋਂ ਉਹ ਜਿਹੜਾ ਕਲਚਰ ਜਿਹੜਾ ਇੱਕ ਪੁਰਾਣਾ ਕਲਚਰ ਪੰਜਾਬ ਦੇ ਸੀ ਉਹ ਥੋੜਾ ਜਿਹਾ ਸਾਈਡ ਲਾਈਨ ਫੀਲ ਕਰਦਾ ਤਾਂ ਉਦੋਂ ਇਹ ਸਵਾਲ ਉੱਠੇ ਸੀ ਔਰ ਲਗਾਤਾਰ ਕੁਐਸਚਨ ਰੇਜ਼ ਹੋਣਗੇ ਉਸ ਪੱਧਰ ਦੇ ਉੱਤੇ ਔਰ ਇੱਕ ਸੈਂਟੀਮੈਂਟ ਦਾ ਸਵਾਲ ਹੈ ਕਿ ਇੱਕ ਭਾਈ ਇੱਕ ਵਰਗ ਨੂੰ ਇਹ ਦੱਸਿਆ ਜਾਏ ਕਿ ਇੱਕਵੇਂ ਇਗਨੋਰ ਹੋ ਰਹੇ ਹੋ ਤੁਸੀਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਪੋਲਿਟਿਕਸ ਸਾਡੀ ਇਸੇ ਦਾ ਨਾਂ ਅੱਜ ਕੱਲ ਬਣੀ ਹੋਈ ਹੈ ਕਿ ਉਸੇ ਤਰੀਕੇ ਦੇ ਨਾਲ ਔਰ ਜਿਵੇਂ ਬਾਜਵਾ ਦਾ ਜਿਹੜਾ ਟੋਟਲ ਅਟੈਕ ਪੋਲਿਟਿਕਲ ਅਟੈਕ ਸੀਗਾ ਜਿਹੜਾ ਅੱਜ ਵੱਖ-ਵੱਖ ਮਾਮਲਿਆਂ ਤੇ ਇਸੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚੀਫ ਖਾਲਸਾ ਦਵਾਨ ਦੇ ਮੁਖੀ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਜੇ ਇੱਕ ਗੱਲ ਕਹਿਤੀ ਥੋੜੀ ਜੀ ਤਾਂ ਉਹਦੇ ਨਾਲ ਕੀ ਹੋ ਗਿਆ ਤੇ ਇੱਕ ਮਤਲਬ ਤੁਸੀਂ ਮਤਰਾਲਾ ਲੈ ਲੋਗੇ ਤੇ ਬਾਕੀ ਜਿਨ੍ਹਾਂ ਨੂੰ ਤੁਸੀਂ ਦੇ ਰਹੇ ਨਾਲ ਉਹਨੇ ਇਹ ਵੀ ਕਿਹਾ ਕਿ ਉਹਦਾ ਬਦਲ ਕਿਹਨੂੰ ਲੱਭਿਆ ਗਿਆ ਬਦਲ ਦੇ ਤੌਰ ਦੇ ਉਤੇ ਤੁਸੀਂ ਜਿਹੜੇ ਨੂੰ ਲੱਭਿਆ ਉਹਦੇ ਮੁੰਡੇ ਦੇ ਕਿਸ ਤਰ੍ਹਾਂ ਨਾਲ ਨੌਕਰੀ ਲੈਣ ਦੀ ਕੋਸ਼ਿਸ਼ ਦੇ ਤਾਂ ਬਾਕੀ ਦੇ ਇਲਜ਼ਾਮ ਜੋ ਲੱਗ ਰਹੇ ਨੇ ਉਹਦੇ ਤੇ ਆਪਦੇ ਤੇ ਵੀ ਜਲੰਧਰ ਦੀ ਇਲੈਕਸ਼ਨ ਦੇ ਦੌਰਾਨ ਤੇ ਉਹ ਕੀ ਕੱਟੜ ਇਮਾਨਦਾਰ ਸਰਕਾਰ ਦਾ ਅਕਸ ਦਿੰਦੇ ਨੇ ਜਾਂ ਨਹੀਂ ਦਿੰਦੇ ਨੇ ਜਿਹੜਾ ਵੀ ਮਾਮਲੇ ਦੇ ਵਿੱਚ ਬਨਕਾਰ ਸਿੰਘ ਦੀ ਉਹ ਗੱਲ ਕਰ ਰਹੇ ਸੀਗੇ ਕਟਾਰੂ ਚੱਕ ਦੀ ਉਹ ਗੱਲ ਕਰ ਰਹੇ ਸੀ ਕਿ ਕਟਾਰੂ ਚੱਕ ਤੇ ਜਿਸ ਲੈਵਲ ਦਾ ਕੇਸ ਕਮਿਸ਼ਨ ਤੱਕ ਗਏ ਨੇ ਐਸੀ ਕਮਿਸ਼ਨ ਤੱਕ ਤੇ ਬਾਕੀ ਇਹਦੇ ਤੇ ਕੀ ਕੀਤਾ ਇਹ ਪੋਲੀਟਿਕਲ ਜਵਾਬ ਮੰਗੇ ਨੇ ਮਤਲਬ ਭਗਵੰਤ ਮਾਨ ਤੋਂ ਅੱਜ ਔਰ ਹਾਂ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਜਿਹੜੀ ਆਪਾਂ ਸੋਚਦੇ ਆ ਕਿ ਜਿਹੜਾ ਅੰਦਰੂਨੀ ਪਾਵਰ ਡਿਵੀਜ਼ਨ ਹੈ ਬਿਨਾਂ ਸ਼ੱਕ ਅਜੇ ਤੱਕ ਰਗਵ ਚੱਡੇ ਦਾ ਦਖਲ ਦਿਖਾਈ ਦੇ ਰਿਹਾ ਹੈ ਔਰ ਕਾਇਮ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਕਟਾਰੂ ਚੱਕ ਵੀ ਪਰ ਭਗਵੰਤ ਦੀ ਇੱਛਾ ਦੇ ਖਿਲਾਫ ਉੱਪਰੋਂ ਪ੍ਰੋਟੈਕਟਡ ਇੱਕ ਚੀਜ਼ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨਾਲ ਉਹਨਾਂ ਦਾ ਤਾਲਮੇਲ ਲਿਆਉਣ ਦੇ ਵਿੱਚ ਮੰਤਰੀ ਬਣਾਉਣ ਤੋਂ ਲੈ ਕੇ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਜਿਵੇਂ ਬਠਿੰਡੇ ਵਾਲਾ ਰਤਨ ਦਾ ਮਾਮਲਾ ਹੋਇਆ ਸੀ ਇੱਕ ਵਾਰ ਛੜਾਤਾ ਸੀ ਰੌਲਾ ਜਿਆਦਾ ਪੈ ਗਿਆ ਬਾਅਦ ਵਿੱਚ ਗ੍ਰਿਫਤਾਰ ਕਰਨਾ ਪੈ ਗਿਆ ਉੱਥੇ ਵੀ ਉੱਪਰੋਂ ਹੀ ਹਦਾਇਤ ਇਸ ਲੈਵਲ ਦੀ ਸੀਗੀ ਕਿ ਨਹੀਂ ਅਜੇ ਫੜਨਾ ਤੇ ਉਸ ਲੈਵਲ ਦੀ ਗੱਲ ਨਹੀਂ ਕਰਨਾ ਔਰ ਜੇ ਮੈਂ ਇੱਕ ਇਨਸਟਾ ਚੀਜ਼ ਦੱਸਦਾ ਕਿ ਜਿਹੜੀ ਦੁਆਰਾ ਪਹਿਲਾਂ ਮੈਂ ਇੱਕ ਗੱਲ ਕੀਤੀ ਉਸ ਪਦਰ ਤੇ ਜਿਹੜਾ ਕੁਮਰ ਬਿਜੇ ਪ੍ਰਤਾਪ ਕਹਿ ਰਿਹਾ ਹੈ ਲਗਾਤਾਰ ਕੁਮਰ ਬਿਜੇ ਪ੍ਰਤਾਪ ਕਹਿੰਦਾ ਮੈਂ ਫਾਈਲ ਬਣਾਉਣਾ ਪਹਿਲਾਂ ਇੱਕ ਲੋਕਲ ਮਨਿਸਟਰ ਨੂੰ ਦਿੰਨਾ ਜਿੱਦੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਕੀ ਮਨਿਸਟਰ ਕੋਲ ਜਾਣਾ ਜਦੋਂ ਫਿਰ ਵੀ ਨਹੀਂ ਹੁੰਦੀ ਰਾਗੂ ਚੰਡੇ ਕੋਲ ਜਾਣਾ ਇਹ ਆਲ ਰਿਕਾਰਡ ਕਹਿ ਰਿਹਾ ਓਪਨਲੀ ਵੀਡੀਓ ਦੇ ਵਿੱਚ ਉਹਨਾਂ ਦਾ ਓ ਐਮ ਐਲ ਲੈ ਮੈਂ ਉੱਥੇ ਜਾ ਰਿਹਾ ਤੇ ਇਸ ਲਈ ਉੱਥੋਂ ਫਿਰ ਫਾਈਨਲ ਹੁੰਦਾ ਜੋ ਵੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਉਸ ਪੱਧਰ ਤੇ ਜਾਂਦੀਆਂ ਨੇ ਔਰ ਨਾਲ ਦੀ ਨਾਲ ਇੱਕ ਇਹ ਵੀ ਜਿਹੜੀ ਜੇ ਕੁਲਦੀਪ ਢਾਲੀਵਾਲ ਮੈਨੂੰ ਇਹ ਲੱਗਦਾ ਹੁਣ ਤੱਕ ਲੋਕਾਂ ਨੂੰ ਵੀ ਇਹੀ ਲੱਗਦਾ ਕਿ ਭਗਵੰਤ ਮਾਨ ਨੇ ਉਹਨੂੰ ਲਗਭਗ ਸੰਕਟਮੋਚਨ ਵਜੋਂ ਰੱਖਿਆ ਸੀ ਜਾਂ ਕਈ ਲੋਕ ਕਹਿੰਦੇ ਨੇ ਸਿੱਤਰਖਾਨ ਨੂੰ ਰੱਖਿਆ ਸੀ ਕੋਈ ਸੰਕਟਮੋਚਨ ਕਹਿੰਦੇ ਨੇ ਜਿੱਥੇ ਵੀ ਗੜਬੜਾ ਹੁੰਦੀਆਂ ਸੀ ਚਾਹੇ ਜੀਰੇ ਕਹਿੰਦੇ ਸੀ ਤੂੰ ਸੁਣਿਆ ਜਿਹੜੇ ਵੀ ਸੁਣਾਉਣਗੇ ਤੈਨੂੰ ਸਰਕਾਰ ਦੇ ਖਿਲਾਫ ਜਾ ਕੇ ਬੈਠਾ ਰਹਿ ਕਦੇ ਉਹ ਕਿਸਾਨਾਂ ਦੇ ਧਰਨੇ ਤੇ ਉੱਥੇ ਵੀ ਉਹਨੂੰ ਕਹਿੰਦੇ ਸੀ ਤੂੰ ਚਲਾ ਜਾ ਚਾਹੇ ਸਿੱਧੂ ਬੂਸੇ ਵਾਲੇ ਦਾ ਫਾਦਰ ਆਉਂਦਾ ਉੱਥੇ ਵੀ ਉਹਨੂੰ ਕਹਿੰਦੇ ਸੀ ਤੂੰ ਚਲਾ ਜਾ ਮਤਲਬ ਇੱਕੋ ਮੰਤਰੀ ਵਿਜੀਪਲੀ ਦਿਖਾਈ ਦੇ ਰਿਹਾ ਸੀ ਨਾ ਜਿਹਨੂੰ ਭੇਜ ਦਿੱਤਾ ਜਾਂਦਾ ਸੀ ਔਰ ਜਿਹੜਾ ਬੈਠ ਕੇ ਗੱਲ ਕਰਦਾ ਸੀ ਤਾਂ ਕੀ ਭਗਵੰਤਬਾਨ ਲੈਵਲ ਤੇ ਇਹ ਸਾਰਾ ਕੁਝ ਇੱਕੋ ਦਾਮ ਐਡਾ ਹੋ ਜੂਗਾ ਜੇ ਕੋਈ ਸ਼ਿਕਾਇਤ ਵੀ ਆਉਂਦੀ ਹੈ ਜਾਂ ਕੋਈ ਫਰਕ ਸੀਗਾ ਉਸ ਪੱਦਰ ਦੇ ਉੱਤੇ ਜਾਂ ਕੋਈ ਦਿੱਲੀ ਦਾ ਉਹਦੇ ਚ ਹੋਰ ਟਾਈਪ ਦਾ ਦਾਖਲ ਹੈ ਦਿੱਲੀ ਨੂੰ ਉਸ ਲੈਵਲ ਤੇ ਪਸੰਦ ਨਹੀਂ ਸੀਗਾ ਇਹਨਾਂ ਦੀ ਇਹਨਾਂ ਦੀ ਉਸ ਲੈਵਲ ਦੀ ਜੋੜੀ ਜਾਂ ਉਸ ਲੈਵਲ ਦਾ ਕੰਮ ਕਾਜ ਦਾ ਤਰੀਕਾ ਉਹ ਐਂਗਲ ਵੀ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਹੈ ਬਾਕੀ ਮੁੱਦੇ ਵੀ ਹੋਣਗੇ ਤੇ ਹੋਰ ਵੱਖ-ਵੱਖ ਤਰੀਕੇ ਹੈਗੇ ਹੀ ਨੇ ਹਾਂ ਇੱਕ ਗੱਲ ਇਹ ਜ਼ਰੂਰ ਹੈ ਕਿ ਇਸੇ ਸਾਰੇ ਮਾਮਲੇ ਦੇ ਵਿੱਚ ਜਿਹੜਾ ਇਹ ਤੋਂ ਪਹਿਲਾਂ ਗੱਲ ਕੀਤੀ ਕਿ ਜੋ ਜ਼ਰੂਰਤ ਜਿਹੜੇ ਆਪਣੀ ਕਾਂਗਰਸ ਪਾਰਟੀ ਨੇ ਜਦੋਂ ਉਹ ਦਿੱਲੀ ਦੇ ਖੜਗੇ ਤੇ ਰਾਹੁਲ ਗਾਂਧੀ ਨਾਲ ਮੀਟਿੰਗ ਚੋਂ ਬਾਹਰ ਨਿਕਲ ਗਏ ਰਹੇ ਸੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਇਹ ਹਾਈ ਕਮਾਂਡ ਦਾ ਫੈਸਲਾ ਹੈ ਚੁੱਪ ਅਸੀਂ ਕੋਈ ਕੁਝ ਨਹੀਂ ਸੀ ਬੋਲ ਰਿਹਾ ਬਾਹਰ ਆ ਕੇ ਅੱਜ ਪ੍ਰਤਾਪ ਬਾਜਵਾ ਨੇ ਆਪਣੀ ਪੂਰੀ ਉਹ ਕੜਤੀ ਨਾ ਕਿ ਉਹ ਕਿਹੜਾ ਸਾਡੇ ਤੋਂ ਬਾਹਰ ਨੇ ਇਹਨਾਂ ਦਾ ਤਾਂ ਸ਼ਖਲ ਦੇਖਣੀ ਨਹੀਂ ਸੀ ਅਸੀਂ ਨੇ ਇਹਦਾ ਮਤਲਬ ਸਾਰਾ ਪੰਜਾਬ ਕਹਿੰਗੇ ਕੀ ਆਇਆ ਹੈ ਉੱਥੇ ਪੰਜਾਬ ਵਾਲੇ ਤਾਂ ਇਹੀ ਕਹਿ ਕੇ ਆਏ ਨੇ ਕਿ ਤੁਸੀਂ ਸਾਡੇ ਨਾਲ ਇਹ ਹੋ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਔਰ ਕੀ ਕੋਈ ਅੱਜ ਜਿਹੜਾ ਡਿਨਰ ਹੋਏਗਾ ਕੇਜਰੀਵਾਲ ਸਾਰਿਆਂ ਨੂੰ ਇਹ ਕਿਤੇ ਮਾੜਾ ਮੋਟਾ ਮਨਾਉਣ ਦੇ ਤਾਂ ਨਹੀਂ ਆਏ ਹੋ ਕਿਸੇ ਨਾਲ ਇਕਤਾ ਸ਼ਹਿਰ ਜਲੰਧਰ ਤੋਂ ਬਾਅਦ ਦੇ ਪਹਿਲਾ ਹੋਏਗਾ ਡਿਨਰ ਵੀ ਥੋੜਾ ਜਿਹਾ ਇਸ ਕੰਮ ਚ ਆਪਾਂ ਨੂੰ ਨਰਮ ਪੈਣਾ ਪਏਗਾ ਆਪਾਂ ਇੱਕ ਵਾਰ ਫਾਇਦਾ ਲੈ ਲਈਏ ਫਿਰ ਕਰ ਲਾਂਗੇ ਜੋ ਵੀ ਕਰਨਾ ਤੇ ਉਦੋਂ ਪਹਿਲਾਂ ਹੀ ਇਹ ਵੱਡਾ ਪੰਗਾ ਖੜਾ ਹੋ ਗਿਆ ਕਿ ਉਹ ਗੱਲ ਹੋ ਗਏ ਤੁਰਨ ਤੋਂ ਪਹਿਲਾਂ ਹੀ ਖੜ ਕੇ ਉਸ ਪੱਧਰ ਦੀ ਕਿਉਂਕਿ ਪੋਲਿਟਿਕਸ ਸੰਭਾਵਨਾਵਾਂ ਦਾ ਖੇਡ ਹੁੰਦੀ ਹੈ ਔਰ ਜੀਦਾ ਜਿੰਨਾ ਜਿੰਨਾ ਕਿ ਚੱਲਦਾ ਪੈਰ ਪੈਰ ਤੇ ਸਪੇਸ ਕਰੀਏਟ ਕਰਨੀ ਪੈਂਦੀ ਹੈ ਕਿ ਜਿੱਥੇ ਜੀਦਾ ਪੈਰ ਰੜ ਗਿਆ ਉੱਥੇ ਕੋ ਖੜਾ ਰਹਿਣਾ ਚਾਹੁੰਦਾ ਤੇ ਦੂਜਾ ਦੂਜੇ ਨੂੰ ਪਿੱਛੇ ਹਟਾਉਣਾ ਚਾਹੁੰਦਾ ਪਰ ਇਹ ਗੇਮ ਐਡੀ ਸੌਖੀ ਨਹੀਂ ਇੱਕੋ ਦਮ ਨਿਕਲਣ ਵਾਲੀ ਕਸਮ ਕਸ ਹੈ ਉਸ ਪੱਦਰ ਦੇ ਉੱਤੇ ਪਹਿਲਾਂ ਨਾਲੋਂ ਅਸਰਸਨ ਵੀ ਜ਼ਿਆਦਾ ਅਸਰਟ ਕਰਨ ਦੀ ਗੱਲ ਵੀ ਜ਼ਿਆਦਾ ਹੈ ਪਰ ਦਿੱਲੀ ਦਾ ਦਾਖਲ ਅਜੇ ਵੀ ਕਾਫੀ ਜ਼ਿਆਦਾ ਹੈ ਉਹ ਇਮੀਡੀਏਟ ਐਮ ਬੈਡ ਡਰਾ ਕਰਨ ਵਾਲਾ ਗੱਲ ਨਹੀਂ ਹੈ ਕਿ ਤੁਸੀਂ ਆਪਣੇ ਆਪ ਭਗਵਾਨ ਨੂੰ ਖੋਲੀ ਛੁੱਟੀ ਦੇਣਗੇ ਕਿ ਤੁਸੀਂ ਕਰ ਲਓ ਕੋਈ ਗੱਲ ਨਹੀਂ ਜਿਵੇਂ ਵੀ ਕਰਦੇ ਸਰਦਾਰ ਜਗਤਾਰ ਸਿੰਘ ਜੀ ਜਿਹੜੀ ਗੱਲ ਤੇ ਸਰਦਾਰ ਹਮਿੰਦਰ ਸਿੰਘ ਜੀ ਲੈ ਕੇ ਆਏ ਨੇ ਕਿ ਜਦੋਂ ਕੇਜਰੀਵਾਲ ਸਾਹਿਬ ਇਹ ਸਮਰਥਨ ਚਾ ਰਹੇ ਨੇ ਤੇ ਕਾਂਗਰਸੀਏ ਪੰਜਾਬ ਤੇ ਜਾ ਕੇ ਹਾਈ ਕਮਾਂਡ ਨੂੰ ਕਹਿ ਕੇ ਆਏ ਕਿ ਸਾਡੇ ਨਾਲ ਜੋ ਹੋ ਰਹੀ ਏ ਇਹ ਦੇ ਹੁੰਦਿਆਂ ਔਰ ਸਾਡਾ ਵਰਕਰ ਜਿਹੜਾ ਨਰਾਸ਼ ਹੋ ਜਾਊਗਾ ਟੁੱਟ ਜਾਊਗਾ ਇਹਨਾਂ ਨਾਲ ਜੁੜ ਜਾਊਗਾ ਕਾਂਗਰਸ ਨੂੰ ਖਾ ਜਾਣਗੇ ਜਿਹਨਾਂ ਨੂੰ ਮਦਦ ਕੀਤੀ ਇਸ ਵੇਲੇ ਸਭ ਤੋਂ ਵੱਡਾ ਸਵਾਲ ਸੀ ਕਿ ਵਾਈਸ ਵਰਸਾਈ ਸੀਗਾ ਜੇਕਰ ਕੇਜਰੀਵਾਲ ਕਾਂਗਰਸ ਦਾ ਨੈਸ਼ਨਲ ਲੈਵਲ ਤੇ ਸਮਰਥਨ ਲੈਣ ਚ ਕਾਮਯਾਬ ਹੋ ਜਾਂਦੇ ਫਿਰ ਦਿੱਲੀ ਇਹ ਪੰਜਾਬ ਵਾਲਿਆਂ ਨੂੰ ਕਿੰਨੇ ਪੁੱਛਣਾ ਸੀ ਕਾਂਗਰਸੀਆਂ ਨੂੰ ਪਰ ਸਭ ਤੋਂ ਵੱਡਾ ਨੁਕਸਾਨ ਕੀਦਾ ਹੋਣਾ ਸੀ ਇਹ ਡਰਾਈਵ ਕਰਪਸ਼ਨ ਖਿਲਾਫ ਕਾਂਗਰਸੀਆਂ ਖਿਲਾਫ ਭਗਵੰਤ ਮਾਨ ਦੀ ਹੈ ਇਹ ਭਗਵੰਤ ਮਾਨ ਦੀ ਅਕਸ ਤੇ ਇਮੇਜ ਦਾ ਸਵਾਲ ਸੀਗਾ ਜੇ ਉਹਨਾਂ ਨੂੰ ਇਹ ਮੁਹਿਮ ਰੋਕਣੀ ਪੈਂਦੀ ਉਹ ਬਿਲਕੁਲ ਜ਼ੀਰੋ ਹੁੰਦੇ ਸਿਆਸਤ ਵਿੱਚ ਜੇ ਉਹ ਕਾਂਗਰਸੀਆਂ ਨਾਲ ਰਲ ਕੇ ਚੱਲਣ ਦਾ ਦੋਸ਼ ਲੱਗਦਾ ਤਾਂ ਇਹਨਾਂ ਨੂੰ ਅਗਲੀ ਇਲੈਕਸ਼ਨ 24 ਤੇ ਉਸ ਤੋਂ ਪਹਿਲਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਮਜ਼ਾਕ ਸਹਣੇ ਪੈਂਦੇ ਭਗਵੰਤ ਮਾਨ ਕੋਲ ਦੂਜਾ ਕੋਈ ਰਸਤਾ ਬਚਦਾ ਹੀ ਨਹੀਂ ਪੋਲਿਟੀਕਲ ਤੌਰ ਤੇ ਜੇਕਰ ਅਸੀਂ ਦੇਖੀਏ ਕੇਜਰੀਵਾਲ ਦੀ ਉਹ ਮੋੜ ਨਹੀਂ ਸੀ ਸਕਦੇ ਜੇ ਕਾਂਗਰਸ ਸਮਰਥਨ ਕਰ ਦਿੰਦੀ ਕਿਉਂਕਿ ਕੇਜਰੀਵਾਲ ਸਮਰਥਨ ਲਈ ਉਹਨਾਂ ਕੋਲ ਮਿਲਣ ਦਾ ਸਮਾਂ ਮੰਗ ਚੁੱਕੇ ਸੀ ਇਹਦਾ ਮਤਲਬ ਕੇਜਰੀਵਾਲ ਸਾਹਿਬ ਲਈ ਇੱਕੋ ਹੀ ਰਸਤਾ ਸੀ ਕਿ ਮੈਂ ਕਾਂਗਰਸ ਨੂੰ ਮਨਾ ਲਾਂ ਜੇ ਕਾਂਗਰਸ ਮੰਨ ਜਾਂਦੀ ਹੈ ਤੇ ਸਭ ਤੋਂ ਵੱਧ ਨੁਕਸਾਨ ਭਗਵੰਤ ਮਾਨ ਦਾ ਹੋਣ ਵਾਲਾ ਸੀਗਾ ਔਰ ਭਗਵੰਤ ਮਾਨ ਨੇ ਇਸ ਮੌਕੇ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਇਹਦੇ ਵਿੱਚ ਭਗਵੰਤ ਮਾਨ ਨੂੰ ਫਾਇਦਾ ਹੋ ਰਿਹਾ ਇੱਕ ਹਲ ਛੋਟੀ ਜੀ ਟਿੱਪਣੀ ਦਿਓ ਦੂਜਾ ਮਾਮਲਾ ਮੈਂ ਅਜੀਤ ਅਖਬਾਰ ਦੇ ਬਰਜਿੰਦਰ ਸਿੰਘ ਹਮਦਰਦ ਵੱਲੋਂ ਕੋਰਟ ਦੇ ਵਿੱਚ ਜਿਹੜਾ ਕੇਸ ਲਜਾਇਆ ਗਿਆ ਉਹਦੇ ਵਿੱਚ ਮੁੱਖ ਮੰਤਰੀ ਨੂੰ ਧਿਰ ਬਣਾਇਆ ਗਿਆ ਅਜੀਤ ਅਖਬਾਰ ਵੱਲੋਂ ਹੀ ਡਾਕਟਰ ਅੰਦਰਪੀਰ ਸਿੰਘ ਨੱਜਰ ਦੀ ਉਹ ਵੱਡੀ ਖਬਰ ਪ੍ਰਕਾਸ਼ਿਤ ਹੋਈ ਜਿਸ ਤੋਂ ਬਾਅਦ ਇਹਨਾਂ ਦੀ ਬਲੀ ਹੋ ਗਈ ਆ ਉਹ ਲੜਾਈ ਵੀ ਕਾਫੀ ਤਿੱਖੀ ਹੋਈ ਮੈਂ ਉੱਤੇ ਜਾਣਾ ਪਹਿਲਾਂ ਜਿਹੜੀ ਇਹ ਗੱਲ ਆ ਕਿ ਭਗਵੰਤ ਮਾਨ ਨੂੰ ਸਭ ਤੋਂ ਵੱਧ ਫਾਇਦਾ ਅੱਜ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਨਜ਼ਰ ਆ ਰਿਹਾ ਹੋਊਗਾ ਕਿਉਂਕਿ ਉਹਨਾਂ ਦਾ ਇਮੇਜ ਉਹਨਾਂ ਦਾ ਅਕਸ ਉਹਨਾਂ ਦੀ ਸਿਆਸ ਦਾ ਤੇ ਲੱਗਣੀ ਸੀ ਜੇ ਭਗਵੰਤ ਮਾਨ ਨੂੰ ਥੋੜਾ ਜਿਹਾ ਸਫਨ ਕਰਨਾ ਹੈ ਤੇ ਉਹਦੇ ਆਸਤੇ ਡਿੰਦਰ ਤੇ ਆ ਕੇ ਕੇਦਰਵਾਲ ਨੂੰ ਕਹਿਣ ਦੀ ਰੋਡ ਨਹੀਂ ਗਈ ਉਹ ਚੈਨਲ ਥੋਰ ਹੁੰਦੀਆਂ ਤੇ ਉਹ ਫੰਕਸ਼ਨਿੰਗ ਹੋਰ ਹੁੰਦੀਆਂ ਡਿਨਰ ਇੱਕ ਨਾਰਮਲ ਅਫੇਅਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਡਿਸਕਸ ਕਰਨ ਵਾਸਤੇ ਉੱਪਰ ਲੈ ਨਹੀਂ ਹੁੰਦੀ ਤੇ ਮੈਂ ਟਾਈਮਿੰਗ ਦੀ ਗੱਲ ਪਹਿਲਾਂ ਕੀਤੀ ਸੀ ਉਹ ਹੁਣ ਵੀ ਕਰਨ ਟਾਈਮਿੰਗ ਬਹੁਤ ਤੇ ਕਮਾਲ ਦੀ ਹੈਗੀ ਹੈ ਦਿੱਲੀ ਜੋ ਕੁਝ ਵੀ ਹੁੰਦਾ ਹੈ ਉਹਦੇ ਵਿੱਚ ਪੰਜਾਬ ਕਾਂਗਰਸ ਇਸ ਸਟੇਜ ਤੇ ਜਿਸ ਤਗ ਨਾਲੇ ਸਾਹਮਣੇ ਸਾਰਾ ਕੁਝ ਆਇਆ ਹੈ ਉਹ ਤਾਂ ਬੜਾ ਕਲੀਅਰ ਹੈ ਕਿ ਸਿਚੁਏਸ਼ਨ ਟੈਂਸਸ ਵੇਲੇ ਦਿੱਲੀ ਵਰਸਸ ਚੰਡੀਗੜ੍ਹ ਕਾਂਗਰਸ ਦੇ ਵਿੱਚ ਵੀ ਤੇ ਆਪ ਦੇ ਵਿੱਚ ਵੀ ਮੈਂ ਆਪ ਜਾ ਕੇ ਕਹਿ ਰਿਹਾ ਕਿਉਂਕਿ ਜੇ ਇਹੀ ਤੇਜ਼ੀ ਭਗਵਤਪານ ਨੇ ਫੜੀ ਰੱਖੀ ਤੇ ਮੈਨੂੰ ਲੱਗਦਾ ਨਹੀਂ ਕਿ ਦਿੱਲੀ ਜੋ ਕੁਝ ਹੋ ਰਿਹਾ ਹੈ ਉਹ ਇੰਨਾ ਸਮੂਥਲੀ ਹੋ ਜਾਏਗਾ ਹਾਲ ਟਾਈਮੇਟਲੀ ਜਣੇ ਕਿਉਂਕਿ ਜਿਹੜੇ ਬ੍ਰਾਡਰ ਇਸ਼ੂ ਹੁੰਦੇ ਆ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਇਹੋ ਜਿਹੇ ਇਸ਼ੂ ਸਾਰਵ ਕਰ ਲਏ ਜਾਂਦੇ ਆ ਸਾਰਟ ਆਊਟ ਕਰ ਲਏ ਜਾਂਦੇ ਆ ਔਰ ਜੇ ਸਾਰਟ ਆਊਟ ਹੁੰਦੇ ਆ ਤੇ ਕਾਂਗਰਸ ਦਾ ਕੋਈ ਹੋਰ ਚਲਾਸ ਨਹੀਂ ਲਾਸ ਭਗਵੰਤ ਮਾਨ ਦਾ ਹੈ ਜੇ ਇਹ ਅਪਰੋਚ ਸਾਫ ਟੋਨ ਡਾਊਨ ਕੀਤੀ ਜਾਂਦੀ ਹੈ ਹੂੰ ਉਹ ਉਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਹੈ ਐਟ ਉਸ ਸਮੇਂ ਜਦੋਂ ਭਗਵੰਤ ਮਾਨ ਆਪਣੇ ਇੰਡੀਪੈਂਡੈਂਸ ਅਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਉਦੋਂ ਫਿਰ ਉਹਨਾਂ ਨੂੰ ਟੋਨ ਡਾਊਨ ਕਰਨਾ ਇਹ ਇੰਟਰਸਟਿੰਗ ਇੱਕ ਅਸਪੈਕਟ ਹੋਇਆ ਲਾ ਕੌਣ ਅਜੇ ਇਹਦੇ ਇਹਦੇ ਚ ਇਦੇ ਚ ਭਗਵੰਤ ਮਾਨ ਨੂੰ ਫਾਇਦਾ ਇਸ ਵੇਲੇ ਨਜ਼ਰ ਆ ਰਿਹਾ ਔਰ ਸਭ ਤੋਂ ਵੱਧ ਖੁਸ਼ ਹੋਊਗੀ ਕੇਂਦਰੀ ਸੱਤਾ ਇਹ ਦੋ ਇਹ ਵੀ ਇੱਕ ਪਹਿਲੂ ਹੋਊਗਾ ਉਹਨਾਂ ਨੂੰ ਸੂਟ ਕਰਦਾ ਦੇਖੋ ਜਿਹੜੀ ਇਹ ਸਿਚੁਏਸ਼ਨ ਹੈ ਉਹ ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਸੂਟ ਕਰਦੀ ਹੈ ਜਿਹੜੀ ਕੇਂਦਰੀ ਸਰਕਾਰ ਹੈ ਮੈਂ ਇਸ ਤੋਂ ਬਾਅਦ ਇਹਦੇ ਬਾਰੇ ਹੋਰ ਕੁਝ ਕਹਿਣਾ ਨਹੀਂ ਚਾਹੁੰਦਾ ਸੋ ਇਸੇ ਕਰਕੇ ਹੀ ਜਿਹੜਾ ਇਹ ਐਸਪੈਕਟ ਹੈ ਇਹ ਸਾਰੇ ਗੱਲ ਦਾ ਬਹੁਤ ਇੰਟਰਸਟਿੰਗ ਜਿੰਨਾ ਸਖਤ ਸਟੈਂਡ ਭਗਵੰਤ ਮਾਨ ਇਸ ਹੁਣ ਲੜਨਗੇ ਖਾਸ ਕਰਕੇ ਚੰਨੀ ਵਾਲੇ ਮਾਮਲੇ 'ਚ ਉਹਨਾਂ ਹੀ ਇਹ ਸਿਚੁਏਸ਼ਨ ਹੋਰ ਟੈਂਸ ਹੋਏਗੀ ਡਾਇਰੈਕਟਲੀ ਰਿਲੇਟਡ ਹੈ ਪ੍ਰੋਮੋਸ਼ਨਲ ਅਟੈਕ ਡਾਇਰੈਕਟ ਪ੍ਰਪੋਰਸ਼ਨ ਹੈ ਬਿਲਕੁਲ ਇਥੋਂ ਦਾ ਜਦ ਲਾ ਲੋ ਕਿ ਇਹ ਜਿਹੜੀ ਫਾਲੋਅ ਆਊਟ ਹੈ ਉਹਦੀ ਕੀ ਹੋ ਸਕਦੀ ਹੈ ਮਤਲਬ ਕਾਂਗਰਸ ਮੈਂ ਇਹਦੇ ਬਾਰੇ ਇਨਾ ਹੀ ਕਹਿਣਾ ਚਾਹੂੰਗਾ ਜੀ ਕਾਂਗਰਸ ਰਾਜ ਸਭਾ ਦੇ ਵਿੱਚ ਜੇਕਰ ਵਿਰੋਧ ਵਿੱਚ ਖੜਦੀ ਜਾਂ ਗੈਰਹਾਜ਼ਰ ਰਹਿੰਦੀ ਆ ਤੇ ਉਹ ਤੇ ਸੱਤਵਧ ਤਾੜੀਆਂ ਜਿਹੜੀਆਂ ਨੇ ਕੇਂਦਰੀ ਸੱਤਾ ਨੂੰ ਵਜਾਉਣ ਦਾ ਮੌਕਾ ਮਿਲੂਗਾ ਆਰਡੀਨੈਂਸ ਤੇ ਮਾਮਲੇ 'ਚ ਹਾਲਾਂਕਿ ਉਹਨਾਂ ਕੋਲ ਰਾਹ ਹੋਰ ਵੀ ਹੁੰਦੇ ਜਿੱਦਾਂ ਉਹਨਾਂ ਨੇ ਕਿਸਾਨੀ ਵਾਲਾ ਕਰਵਾ ਲਿਆ ਸੀ ਪਾਸ ਮੈਂ ਹੁਣ ਅਗਲੀ ਗੱਲ ਜਿਹੜੀ ਉਹ ਸਾਂਝੇ ਤੌਰ ਤੇ ਲੈਣਾ ਚਾਹੁੰਦਾ ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਕੋਲੋਂ ਹੀ ਇੱਕ ਬੈਲੈਂਸ ਵੀ ਬਣ ਜੂਗਾ ਸਮੇਂ ਦਾ ਜਦੋਂ ਵਰਜਿੰਦਰ ਸਿੰਘ ਹਮਦਰਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਦੇ ਨੇ ਸੀਨੀਅਰ ਐਡਵੋਕੇਟ ਆਰ.ਐਸ. ਚਿਮਾਰਾਈ ਤੇ ਉਹਦੇ ਵਿੱਚ ਉਹ ਭਗਵੰਤ ਮਾਨ ਨੂੰ ਵਿਅਕਤੀਗਤ ਤੌਰ ਤੇ ਬਾਈ ਨੇਮ ਧਿਰ ਬਣਾਉਂਦੇ ਨੇ ਤੇ ਉਹ ਜਿਹੜੀ ਪੰਜਾਬ ਦੀ ਏਜੰਸੀ ਵਿਜੀਲੈਂਸ ਹੈ ਉਹਦੇ ਤੇ ਫੇਥ ਨਾ ਪ੍ਰਗਟ ਕਰਕੇ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੇ ਨੇ ਔਰ ਉਸ ਤੋਂ ਬਾਅਦ ਸ਼ਾਮ ਵੇਲੇ ਅਸਤੀਫਾ ਡਾਕਟਰ ਨੱਜਰ ਦਾ ਲੈ ਲਿਆ ਜਾਂਦਾ ਜਿਨ੍ਹਾਂ ਦਾ ਉਹ ਬਿਆਨ ਅਜੀਤ ਦੇ ਹੱਕ ਚ ਅਜੀਤ ਅਖਬਾਰ ਦੇ ਵਿੱਚ ਹੀ ਏਡੇ ਵੱਡੇ ਕਾਲਮਾਂ ਦੇ ਵਿੱਚ ਲੱਗਿਆ ਹੋਇਆ ਸੀ ਹੁਣ ਇਹ ਸਥਿਤੀ ਕੱਲ ਸੁਪਰੀਮ ਹਾਈ ਕੋਰਟ ਜਾਣ ਤੋਂ ਬਾਅਦ ਡਾਕਟਰ ਨੱਜਰ ਦਾ ਅਸਤੀਫਾ ਲੈਣ ਤੱਕ ਅੱਗੇ ਨਾਲੋਂ ਹੋਰ ਜ਼ਿਆਦਾ ਸੰਘਣੀ ਤੇ ਇੰਟੈਂਸ ਹੋ ਗਈ ਹੈ ਹੁਣ ਇਹ ਲੜਾਈ ਇਹਨੂੰ ਕਿਵੇਂ ਤੁਸੀਂ ਦੇਖ ਰਹੇ ਹੋ ਕਿਉਂਕਿ ਕੱਲ 1 ਤਰੀਕ ਨੂੰ ਦਿਨ ਵੇਲੇ ਕਾਂਗਰਸ ਦੇ ਸੱਦੇਤੇ ਅਜੀਤ ਅਖਬਾਰ ਦੇ ਸਾਹਮਣੇ ਸਖਬੀਰ ਬਾਦਲ ਵੀ ਆ ਰਹੇ ਨੇ ਆਪਣਾ ਤਾਂ ਆਮਚਾਂ ਮ ਲੈ ਕੇ ਕਿਉਂਕਿ ਉਹਨਾਂ ਵੀ ਕਹਿੰਦਾ ਮੈਂ ਸਮਰਥਨ ਕਰਦਾ ਹਾਂ ਜੇ ਚ ਕਾਂਗਰਸ ਨੇ ਸੱਦਾ ਦਿੱਤਾ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇੱਕ ਪ੍ਰਕਾਸ਼ਨ ਸਮੂਹ ਦੇ ਹੱਕ ਚ ਡਟੋ ਭਗਵੰਤ ਮਾਨ ਤੇ ਉਸ ਸਮੂਹ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਸਾਰੀਆਂ ਵਿਰੋਧੀ ਧਿਰਾਂ ਇਹ ਲੜਾਈ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੇ ਇਹੋ ਜਿਹੇ ਹਾਈ ਪ੍ਰੋਫਾਈਲ ਕ੍ਰਪਸ਼ਨ ਦੇ ਕੇਸਸ ਹੁੰਦੇ ਇਹਨਾਂ ਅਕਸਰ ਜਿਹੜਾ ਅਕਿਊਜ਼ ਹੁੰਦਾ ਹੈ ਉਹ ਸੀਬੀਆਈ ਪ੍ਰੋਬ ਦੀ ਜਾਂਚ ਨੇ ਮੰਨ ਕਰਿਆ ਕਰਦਾ ਹੁਣ ਇਹ ਹਾਈ ਪ੍ਰੋਫਾਈਲ ਕੇਸ ਆ ਹੁਣ ਸੁਧਾਰਨ ਕੇਸ ਪ੍ਰੋਫੈਸ਼ਨ ਦਾ ਕੋਈ ਨਹੀਂ ਹੈ ਕ腐ਸ਼ਨ ਹੈ ਕਿ ਨਹੀਂ ਇਹ ਗੱਲ ਵੱਖਰੀ ਹੈਗੀ ਹੈ ਲੇਕਿਨ ਕੇਸ ਵਿਜੀਲੈਂਸ ਦਾ ਹੈ ਤੇ ਇਰੈਗੂਲਰਿਟੀਆਂ ਇਨ ਦੀ ਕੰਸਟਰਕਸ਼ਨ ਆਫ ਆਪਣੀ ਜੱਗੇ ਆਦੀ ਮੈਮੋਰੀਅਲ ਬਾਬਲਾ ਉੱਤੇ ਹੈ ਬਰਜਿੰਦਰ ਸਿੰਘ ਕੋਈ ਪੋਲੀਟੀਸ਼ੀਅਨ ਨਹੀਂ ਹੈ ਆਪਣੇ ਆਪ ਕੇ ਪੰਜਾਬ ਦੀ ਬਹੁਤ ਵੱਡੀ ਪਰਸਨੈਟੀ ਗਣੀ ਜਾਂਦੀ ਹੈ ਐਕਟਰ ਓਨਰ ਸਭ ਕੁਝ ਪੰਜਾਬ ਦੀ ਸਿਆਸਤ ਨੂੰ ਮੋੜ ਦੇਣ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਬਹੁਤ ਅਹਿਮ ਰੋਲ ਸਮੇਂ-ਸਮੇਂ ਤੇ ਹੁੰਦਾ ਹੈ ਸੋ ਇਸ ਧਾਰੀ ਦੀ ਗੱਲ ਹੀ ਨਾ ਹੀ ਸੁਧਾਰਨ ਹੈ ਤੇ ਨਾ ਹੀ ਉਸ ਕੋਈ ਪੋਲੀਟਿਸ਼ੀਅਨ ਹੈ ਸੋ ਉਸ ਸਾਰੇ ਕੰਟੈਕਸਟ ਨੂੰ ਦੇਖਿਆ ਜਾਂਦਾ ਸੋ ਜਿਹੜਾ ਇੰਦਰਬੀਰ ਆਪਣੇ ਡਾਕਟਰ ਨੇਜਰ ਨੇ ਬਿਆਨ ਦਿੱਤਾ ਸੀਗਾ ਨਾਲ ਹੀ ਉਹਨਾਂ ਨੇ ਪੂਰਾ ਉਹਨੂੰ ਪਲੇਅਪ ਕੀਤਾ ਜਦੋਂ ਪਲੇਅਪ ਕੀਤਾ ਸੀ ਆਪਣੇ ਤੇ ਜਰਨਲਿਸਟ ਨੂੰ ਪਤਾ ਹੁੰਦਾ ਹੈ ਕਿ ਇਹਦੇ ਰੈਪ੍ਰੋਕੇਸ਼ਨ ਅੱਗੇ ਕਿਵੇਂ ਹੋਣਗੇ ਸਰਕਾਰ ਐਕਸ਼ਨ ਲੈ ਰਹੀ ਹੈ ਸਰਕਾਰ ਦਾ ਇੱਕ ਮੰਤਰੀ ਕਲੀਨ ਚਿੱਟ ਦੇ ਰਿਹਾ ਤੇ ਇਹ ਕਨਟਰਡਿਕਸ਼ਨ ਬਹੁਤ ਮਡੇ ਸੀ ਆਪਣੇ ਆਪ ਦੇ ਵਿੱਚ ਤੇ ਡਾਕਟਰ ਨਿਜਰ ਨੂੰ ਵੀ ਇਹ ਮੇਰੇ ਖਿਆਲ ਚ ਸਮਝ ਹੋਣੀ ਚਾਹੀਦੀ ਸੀਗੀ ਕਿ ਇਹਦੀ ਆਊਟਕਮ ਇਮੀਡੀਏਟਲੀ ਕੀ ਹੋਏਗੀ ਸੋ ਇਹ ਬੜਾ ਨਾਰਮਲ ਜਿਹਾ ਐਕਸ਼ਨ ਹੈਗਾ ਲੇਕਿਨ ਹੋ ਸਕਦਾ ਹੈ ਕਿ ਇਹਦੇ ਪਿੱਛੇ ਕੁਝ ਇਸ ਤੋਂ ਵੀ ਅੱਗੇ ਸਿਆਸਤ ਹੋਵੇ ਡਾਕਟਰ ਨਿذر ਚੀਫ ਖਾਲਸਾ ਦਿਵਾਨ ਦੇ ਵੀ ਲੀਡਰ ਹੈਗੇ ਪ੍ਰਧਾਨ ਨੇ ਪ੍ਰਧਾਨ ਨੇ ਤੇ ਭਾਵੇਂ ਇਹਨਾਂ ਕੇਪ ਖਾਲਸਾ ਦਿਵਾਨ ਦਾ ਜਿਹੜੀ ਸਿਕਿਐਸਤ ਹੈ ਉਹ ਰੱਚ ਕੋਈ ਬਹੁਤਾ ਰੋਲ ਨਹੀਂ ਹੁੰਦਾ ਲੇਕਿਨ ਇੱਕ ਇਮੇਜ ਇਹਨਾਂ ਦਾ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਸਟਰਕਚਰ ਹੈ ਉਹ ਕਾਫੀ ਵੱਡਾ ਹੈ ਸਕੂਲਾਂ ਦਾ ਕਾਲਜਾਂ ਦਾ ਲੰਬਾ ਚੌੜਾ ਹੁੰਦਾ ਹੈਗਾ ਸੋ ਉਹ ਇਹਨਾਂ ਦਾ ਇੰਪੈਕਟ ਆਪਣੇ ਆਪ ਦੇ ਵਿੱਚ ਕਿਤਨਾ ਕਿਤੇ ਹੁੰਦਾ ਤੇ ਅੱਗੇ ਹੁਣ ਪੋਸੀਬਲ ਐਸਜੀਪੀਸੀ ਇਲੈਕਸ਼ਨ ਜਨਰਲ ਹੌਸ ਦੇ ਹੋ ਰਹੀ ਹੈ ਕੰਟੈਕਸਟ ਇਹ ਸਾਰਾ ਕੁਝ ਅੰਦਰੋਂ ਅੰਦਰ ਕਈ ਕਈ ਵਾਰੀ ਜੁੜਿਆ ਹੁੰਦਾ ਹੈ ਕਈ ਵਾਰੀ ਇਹ ਹੁੰਦਾ ਕਿ ਜੋ ਕੁਝ ਆਪਾਂ ਸਾਹਮਣੇ ਦੇਖ ਰਹੇ ਹਾਂ ਉਹ ਨਹੀਂ ਹੁੰਦਾ ਜੋ ਜੜਾ ਹੁੰਦਾ ਹੈ ਉਹ ਤਾਂ ਕਈ ਵਾਰੀ ਇਹ ਨਾਰਮਲ ਜੀ ਗੱਲ ਕਹੀ ਜਿਹੜੀ ਉਹਨਾਂ ਦਾਦਰ ਨਹੀਂ ਆਉਂਦਾ ਸੋ ਇਹਦੇ ਵਿੱਚ ਵੀ ਕੁਝ ਐਸੀ ਪੋਸੀਬਿਲਿਟੀ ਮੈਂ ਰੂਲ ਆਊਟ ਨਹੀਂ ਕਰਦਾ ਮੈਂ ਇਸ ਤੋਂ ਜ਼ਿਆਦਾ ਅੱਗੇ ਮੈਨੂੰ ਹਜੇ ਸਤਾਈ ਤੈਨਿ ਕਹਿ ਜਾ ਸਕਦਾ ਕਿ ਇਹਦੇ ਕੋਈ ਸ਼ੋਰ ਵੀ ਕੁਝ ਹੋ ਸਕਦਾ ਸੋ ਇਹ ਸਾਰਾ ਕੁਝ ਲੈ ਦੇ ਇਸ ਹਫ਼ਤੇ ਹੁਣ ਜਿਵੇਂ ਪਰਜੰਦਰ ਹੋ ਰਹੀ ਗਏ ਹੈ ਹਾਈ ਕੋਰਟ ਦੇ ਵਿੱਚ ਤੇ ਜੇ ਸੀਬੀਆਈ ਇਨਕੁਆਰੀ ਮਾਰਕ ਹੋ ਜਾਂਦੀ ਹੈ ਤੇ ਠੀਕ ਹੈ ਗੱਲ ਹੋਰ ਪਾਸੇ ਧਰ ਜਾਏਗੀ ਲੇਕਿਨ ਇਹਦੀ ਜਿਹੜੀ ਬੈਕਗ੍ਰਾਉਂਡ ਆਪਾਂ ਥੋੜੀ ਉਹ ਵੀ ਗੱਲ ਕਰ ਲਈਏ ਇਹ ਅਜੀਤ ਅਖਬਾਰ ਪਹਿਲੀ ਨਹੀਂ ਹੈ ਜਿਹੜੇ ਇਸ ਹਾਰ ਹੋਏ ਸੀ ਇਹ ਸਰਕਾਰ ਬਣ ਤੋਂ ਬਾਅਦ ਦਲੰਦਰ ਦੇ ਇੱਕ ਹੋਰ ਗਰੁੱਪ ਦੇ ਵੀ ਅਖਬਾਰ ਉੱਥੇ ਰੁਕੇ ਸੀ ਇੱਕ ਹੀ ਅਸ਼ਾਤ ਦੋ ਦੋ ਗਰੁੱਪਾਂ ਦੇ ਰੁਕੇ ਸੀਗੇ ਚੰਡੀਗੜ੍ਹ ਚ ਡੀ ਟ੍ਰਿਬਿਊਨ ਦੇ ਰੁਕੇ ਸੀ ਉਹਨਾਂ ਦੇ ਦੁਬਾਰਾ ਬਿਲਡਿੰਗ ਸ਼ੁਰੂ ਹੋ ਗਏ ਜੇ ਉਹਨਾਂ ਨੇ ਇੱਕ ਉਹਨਾਂ ਨੇ ਕਾਪਰਵਾਇਜ਼ ਕੀਤਾ ਜੋ ਜੇ ਦੁਬਾਰਾ ਸ਼ੁਰੂ ਹੋ ਗਏ ਇਹਦਾ ਮਤਲਬ ਹੈ ਕਿ ਕੋਈ ਕਾਪਰਵਾਇਜ਼ ਹੋਇਆ ਕਿਸੇ ਲੈਵਲ ਤੇ ਤੇ ਹੋ ਸਕਦਾ ਹੈ ਕਿ ਵਰਜਿੰਦਰ ਹੋਰਾਂ ਨੇ ਕਾਪਰਵਾਇਜ਼ ਨਾ ਕੀਤਾ ਹੋਵੇ ਮੈਂ ਪੌਸਿਬਿਲਿਟੀ ਦੀ ਗੱਲ ਕਰ ਰਿਹਾ ਮੇਰੇ ਕੋਲ ਜਾਣਕਾਰੀ ਕੋਈ ਨਹੀਂ ਸੀ ਸੋ ਇਹ ਪੌਸਿਬਲ ਹੈ ਕਿ ਇਹਨਾਂ ਨੇ ਲਾਈਨ ਟੋ ਕਰਨ ਤੋਂ ਨਾ ਕਰ ਦਿੱਤੀ ਹੋਵੇ ਕਿਉਂਕਿ ਭਾਈਆਂ ਲਾਰਜ ਵਿੱਚ ਦਿੱਲੀ ਦੇ ਵਿੱਚ ਸਾਰਾ মিডিਆ ਗੋਦੀ মিডিਆ ਬਣਿਆ ਹੋਇਆ ਹੈ ਹੁਣ ਟੰਡੀਗੜ੍ਹ 'ਚ ਵੀ ਇੱਕ ਸਖੇਣ ਪਹਿਲਾਂ ਗੋਦੀ মিডিਆ ਦੀ ਗੱਲ ਬਹੁਤ ਕਰਦਾ ਹੁੰਦਾ ਸੀ ਹੁਣ ਸਾਰੇ ਚੁੱਪ ਹੈ ਬਾਈ ਦੀ ਹੁਣ ਕੋਈ মিডি ਗੋਦੀ মিডিਆ ਦੀ ਗੱਲ ਕਰ ਹੀ ਨਹੀਂ ਰਿਹਾ ਇੰਟਰਸਟਿੰਗ ਪਾਰਟੀ ਹੈ ਸੋ ਉਹ ਸਾਰੇ ਹੀ ਲਾਈਨ ਟੋ ਕਰ ਰਹੇ ਹਨ ਸੋ ਮੈਨੂੰ ਲੱਗ ਇਹ ਵੀ ਹੁੰਦਾ ਹੈ ਕਿ ਜੇ ਕੋਈ ਫਰਾਰ Independently ਕੇਵਰੀ ਆਪਣੀ ਫੰਕਸ਼ਨਿੰਗ ਕਰਨਾ ਚਾਹੁੰਦੀ ਹੈ ਤੋਂ ਮੁਸ਼ਕਲਾਂ ਆਉਂਦੀਆਂ ਪ੍ਰੋਫੈਸ਼ਨਲ ਪ੍ਰੋਬਲਮ ਹੈਗੀ ਹੈ ਲੇਕਿਨ ਉਹਦੇ ਵਿੱਚ ਫਿਰ ਇੱਕ ਕੇਸ ਨਹੀਂ ਬਣਿਆ ਕਰਦੇ ਇਹਨਾਂ ਤੇ ਕੇਸ ਬਣਦੇ ਆ ਉੱਥੇ ਨਿਕਲ ਸਾਰੇ ਉਸ ਤੋਂ ਬ੍ਰਾਡਰ ਜੀ ਇਸ਼ੂ ਹੈ ਸਾਰਾ ਕਿਉਂਕਿ ਤੁਸੀਂ ਜ਼ਿਕਰ ਕੀਤਾ ਇਸ਼ਤਿਹਾਰ ਰੋਕੇ ਜਾਣ ਦਾ ਇਕੱਲੇ ਇਸ਼ਤਿਹਾਰ ਨਹੀਂ ਜਿਹੜੇ ਐਕਸਪੋਰਟ ਪੈਨਲ ਦੇ ਵਿੱਚ ਆਪਣੇ ਐਕਸਪੋਰਟ ਭੇਜਨੇ ਹੁੰਦੇ ਪਾਰਟੀ ਦੇ ਨਮਾਇंदे ਕਿਸੇ ਤੇ ਉਹ ਮਹੀਨੇ ਲਈ ਰੋਕਲੇ ਜਾਂਦੇ ਆ ਕਿਸੇ ਕਿਸੇ ਨੂੰ ਕੇਬਲ ਤੋਂ ਲਾ ਲਿਆ ਜਾਂਦਾ ਟੀਵੀ ਚੈਨਲਾਂ ਦੇ ਨਜ਼ਰੀਏ ਤੋਂ ਪੇਜ ਬੰਦ ਕਰਾਉਣ ਦੀ ਗੱਲ ਵੀ ਹੁੰਦੀ ਰਹੀ ਹੈ ਇਹ ਸਾਰੇ ਰੋਲੇ ਪੈਂਦੇ ਰਿਆ ਹੁਣ ਇਹਦੇ ਵਿੱਚ ਕਦੇ ਵੀ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਕਿਹਦੇ ਨਾਲ ਕਿਨੂੰ ਸੱਦੀ ਸ਼ਿਕਾਇਤ ਦੇ ਕੇ ਕਿਨੂੰ ਬੰਦ ਕਰਾਇਆ ਗਿਆ ਕਿੰਨੇ ਕਰਾਇਆ ਦੂਜੀ ਇਹ ਵੀ ਕੱਲ ਨਹੀਂ ਪਤਾ ਲੱਗਦੀ ਕਿ ਚਾਲੂ ਕਿਦਾਂ ਹੋ ਗਏ ਕਿਹੜਾ ਸਮਝੌਤਾ ਹੋਇਆ ਕਿ ਦੀ ਬਲੀ ਦਿੱਤੀ ਗਈ ਨਹੀਂ ਮੈਂ ਨਾਲ ਇਹ ਵੀ ਮੈਂ ਨਾਲੇ ਵੀ ਐਡ ਕਰਦੇ ਆ ਇਹ ਕਾਲੀ ਦਲ ਵੇਲੇ ਵੀ ਹੁੰਦਾ ਰਿਹਾ ਪਰ ਇੰਨਾ ਬ੍ਰੇਜਨ ਨਹੀਂ ਸੀ ਹੁੰਦਾ ਉਹਨਾਂ ਵੇਲੇ ਬਹੁਤ ਕੁਝ ਹੋਇਆ ਉਦੋਂ ਆਪਣੇ ਕੇਬਲ ਦੇ ਪਲਾਕ ਕੱਢੇ ਜਾਂਦੇ ਸੀਗੇ ਜੀ ਹੁਣ ਥੋੜਾ ਜਿਆਦਾ ਹੋ ਰਿਹਾ ਹੁਣ ਕਿ ਉਹ ਸਾਰਾ মিডিਆ ਹੀ ਸਕੰਮ ਕੀਤਾ ਹੋਇਆ ਉਹਨੂੰ ਸਕੰਮ ਨਹੀਂ ਕੀਤਾ ਉਸ ਵੇਲੇ মিডিਆ ਫਿਰ ਵੀ ਇੰਡੀਪੈਂਡੈਂਟ ਕੰਮ ਕਰ ਰਿਹਾ ਸੀ ਹੁਣ ਇੰਡੀਪੈਂਡੈਂਟ মিডিਆ ਦੀ ਇੰਡੀਪੈਂਡੈਂਸ ਤੇ ਬਾਇਰ ਲਾਡ ਕੁਐਸਚਨ ਮਾਰਕ ਜੀ ਸਰ ਹਮੇਸ਼ ਸਿੰਘ ਜੀ ਕੱਲੇ ਇਸ਼ਤਿਹਾਰਾਂ ਦਾ ਮਾਮਲਾ ਹੁੰਦਾ ਤਾਂ ਅਜੀਤ ਨਾਲ ਮਾਮਲਾ ਸੁਲਝ ਗਿਆ ਹੋ ਸਕਦਾ ਹੋ ਜਾਂਦਾ ਦੂਜਾ ਇਹਦੇ ਵਿੱਚ ਕੋਈ ਕਿੜਵੀ ਲੱਗਦੀ ਆ ਨਿੱਜੀ ਕਿਉਂਕਿ ਮਾਮਲਾ ਬਹੁਤ ਅੱਗੇ ਵੱਧ ਚੁੱਕਿਆ ਤੀਜਾ ਬਹੁਤ ਸਾਰੇ ਲੋਕ ਇਹ ਵੀ ਜ਼ਿਕਰ ਕਰਦੇ ਆ ਕਿ ਕੋਈ ਮੰਤਰੀ ਕਿਸੇ ਬੰਦੂਆ ਨਹੀਂ ਹੁੰਦਾ ਕਿਸੇ ਤਰੀਕੇ ਨਾਲ ਕਿ ਤੁਸੀਂ ਉਹਨੂੰ ਕਹੋ ਕਿ ਉੱਠ ਜਾ ਖੜ ਜਾ ਜਾ ਉਹਨੇ ਜੋ ਸਟੇਟਮੈਂਟ ਦੇਣੀ ਉਹ ਡਿਸਾਈਡਡ ਹੋਵੇ ਕਿ ਤੁਹਾਡੀ ਲਾਈਨ ਟੋ ਕਰਨੀ ਪਊਗੀ ਤੁਹਾਡੀ ਪੈੜ ਚ ਪੈਰ ਰੱਖਣਾ ਪਊਗਾ ਪਰ ਇਹ ਵੀ ਇੱਕ ਸਵਾਲ ਉੱਠ ਜਾਂਦਾ ਹੈ ਕਿ ਡਾਕਟਰ ਨੱਜਰ ਕੋਡ ਨਾ ਤਾਂ ਆਜ਼ਾਦਗਰਾਂ ਨਾਲ ਸੰਬੰਧਿਤ ਮਹਿਕਮਾ ਸੀ ਜਿਹੜਾ ਟੂਰਿਜ਼ਮ ਨਾਲ ਜੁੜਿਆ ਹੋਵੇ ਜਾਂ ਕੋਈ ਹੋਰ ਜਿਹੜਾ ਇਹਨਾਂ ਨੂੰ ਦੇਖਦਾ ਹੋਵੇ ਤੇ ਨਾ ਹੀ ਉਹਨਾਂ ਕੋਲ ਵਿਜੀਲੈਂਸ ਦਾ ਮਹਿਕਮਾ ਸੀ ਕਿ ਉਹ ਇਹਦੇ ਵਿੱਚ ਜਾਣਕਾਰੀ ਦੇ ਸਕਦੇ ਜਾਂ ਕਲੀਨ ਚਿੱਟ ਦੇ ਸਕਦੇ ਇਹ ਵੀ ਪਹਿਲੂ ਆ ਪਰ ਜਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਸਖਤ ਫੈਸਲਾ ਲਿਆ ਗਿਆ ਕਿ ਮੰਤਰੀ ਐਮ ਮੰਤਰੀ ਸਥਾਨਕ ਸਰਕਾਰਾਂ ਦਾ ਮੰਤਰੀ ਔਰ ਚੰਗਾ ਕੰਮ ਕਰ ਰਿਹਾ ਮੰਤਰੀ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਪ੍ਰੋਫੈਸ਼ਨਲਿਜ਼ਮ ਸੀਗਾ ਉੱਥੇ ਉਹਨੂੰ ਉਡਾਤਾ ਜਾਵੇ ਦਿਨ ਦੀ ਨਹੀਂ ਇਹਦਾ ਮਤਲਬ ਹੈ ਕਿ ਕੋਈ ਬਹੁਤ ਡੀਪ ਪੰਗਾ ਹੈ ਕੋਈ ਬਹੁਤ ਡੁੰਗਾਈ ਦੇ ਵਿੱਚ ਜਾ ਕੇ ਕੋਈ ਇਹ ਹੁਣ ਕੱਲ ਇੱਕ ਤਰੀਕ ਨੂੰ ਇਹ ਫੇਰ ਉੱਥੇ ਪ੍ਰੋਟੈਸਟ ਹੋਣਗੇ ਇਹ ਮੁੱਦਾ ਮਰਿਆ ਹੋਇਆ ਨਹੀਂ ਨਾ ਮਰ ਰਿਹਾ ਮੈਂ ਤਾਂ ਅਖਰਕੇ ਇਹਨੂੰ ਲੈਣਾ ਚਾ ਰਿਹਾ ਸੀ ਕਿ ਤੁਸੀਂ ਤਾਂ ਉਮਰ ਦੋਨਾਂ ਨੇ ਇਸ ਤਰ੍ਹਾਂ ਦੇ ਉਤਰਾ ਚੜਾਵਾਵਾਂ ਵਾਲੀ ਰਾਜਨੀਤੀ ਦੇਖੀ ਮੀਡੀਆ ਤੇ ਸਰਕਾਰਾਂ ਦੇ ਬਣਦੇ ਰਿਸ਼ਤੇ ਟੁੱਟਦੇ ਰਿਸ਼ਤੇ ਜੁੜਦੇ ਰਿਸ਼ਤੇ ਦੇਖਿਆ ਸੋ ਜਿਹੜਾ ਹੁਣ ਸਿਚੁਏਸ਼ਨ ਬਣੀ ਆ ਇਹਨੂੰ ਕਿਵੇਂ ਤੁਸੀਂ ਸਮਝਿਆ ਦੇਖੋ ਲੱਗਦਾ ਇਹ ਹੈ ਮੈਨੂੰ ਨਹੀਂ ਲੱਗਦਾ ਮੈਨੂੰ ਵੀ ਲੱਗਦਾ ਇਹ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਇੰਟਾਇਰ ਆਪੋਜੀਸ਼ਨ ਜਿਹੜੀ ਹੈ ਬੀਜੇਪੀ ਨਾਲ ਬਰਜਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਕਿਵੇਂ ਡੇਢ ਘੰਟਾ ਪ੍ਰਾਈਮ ਮਿਨਿਸਟਰ ਨਾਲ ਗੱਲ ਹੋਈ ਸਾਰਾ ਕੁਝ ਆਪ ਆਰਟੀਕਲ ਲਿਖ ਕੇ ਦਿੱਸਿਆ ਜੇ ਪ੍ਰਾਈਮ ਮਿਨਿਸਟਰ ਨਾਲ ਉਸ ਲੈਵਲ ਦੀ ਹੈ ਕਿ ਉਹਨਾਂ ਨੂੰ ਸੱਦਿਆ ਗਿਆ ਸੀ ਗੱਲ ਹੈ ਤਾਂ ਬੀਜੇਪੀ ਤਾਂ ਨਾਲ ਹੀ ਹੈ ਦੋ ਹੋਰ ਆਪੋਜੀਸ਼ਨ ਮੇਜਰ ਪਾਰਟੀਆਂ ਨੇ ਕਾਂਗਰਸ ਹੈ ਤੇ ਅਕਾਲੀ ਦਲ ਨਾਲ ਪਛੋਕੜ ਤੋਂ ਹੀ ਰابطਾ ਲਗਾਤਾਰ ਹੈ ਤੇ ਜੇ ਰੂਲਿੰਗ ਪਾਰਟੀ ਦੇ ਖਿਲਾਫ ਇੱਕ ਇੰਟਾਇਰ ਆਪੋਜੀਸ਼ਨ ਇਕੱਠੀ ਹੋ ਰਹੀ ਹੈ ਤੇ ਇਹ ਵੀ ਪੰਜਾਬ 'ਚ ਲੰਮੇ ਸਮੇਂ ਬਾਅਦ ਪਹਿਲੀ ਵਾਰ ਹੋ ਰਿਹਾ ਤੇ ਉਹਦਾ ਸੈਂਟਰਲ ਪੋਜੀਸ਼ਨ ਬਰਜਿੰਦਰ ਸਿੰਘ ਹਾਂ ਇਹਦਾ ਮਤਲਬ ਉਹਨਾਂ ਨਾਲ ਰਾਪਤੇ ਜੋ ਬਾਕੀ ਔਰ ਇਹ ਲੜਾਈ ਫਿਰ ਕਿਸ ਢੰਗ ਨਾਲ ਕੋਈ ਪੋਲਿਟਿਕਲ ਟਵਰਨ ਲਏਗੀ ਇਹਦਾ ਮਤਲਬ ਇਹ ਤੋਂ ਬਾਅਦ ਜਾ ਕੇ ਕੱਲਾ ਕੱਲਾ ਅਜੀਤ ਦਾ ਮਾਮਲਾ ਤਾਂ ਨਹੀਂ ਹੈ ਕੱਲਾ ਅਖਬਾਰ ਦਾ ਮਾਮਲਾ ਤਾਂ ਨਹੀਂ ਹੈ ਤੇ ਇਹਦਾ ਮਤਲਬ ਕੋਈ ਵੱਡੀ ਗੱਲ ਉਸ ਲੈਵਲ ਤੇ ਹੋਏਗੀ ਜਿਹੜਾ ਹਥਿਆਰਾਂ ਦਾ ਮਾਮਲਾ ਹੈ ਮੈਨੂੰ ਲੱਗਦਾ ਕੱਨਾ ਇਸ਼ਤਿਹਾਰਤਾ ਆਮ ਆਦਵੀ ਪਾਰਟੀ ਨੇ ਨਹੀਂ ਕੱਲਾ ਪਹਿਲਾਂ ਦਿੱਲੀ ਦੀਆਂ ਅਖਬਾਰਾਂ 'ਚ ਸਟਾਰਟ ਹੋਇਆ ਟਾਈਮਜ਼ ਆਫ ਇੰਡੀਆ ਨੇ ਸਭ ਤੋਂ ਪਹਿਲਾਂ ਐਡਵਰਟਰੀਅਲ ਛਾਪਣੇ ਸ਼ੁਰੂ ਕੀਤੇ ਐਡਵਰਟਰੀਅਲ ਜਿਹੜੇ ਨਾਰਮਲੀ ਪੇਪਰ న్యూਸ ਟਾਈਪ ਹੀ ਕੰਮ ਹੁੰਦਾ ਹੈ ਔਰ ਉਹ ਲਗਾਤਾਰ ਪਹਿਲਾਂ ਪਹਿਲਾਂ ਅਜੀਤ ਚ ਵੀ ਛਪਦੇ ਹੀ ਰਹੇ ਨੇ ਤੇ ਸਾਰਿਆਂ ਛਪੇ ਨੇ ਬਾਕੀਆਂ ਚ ਕੰਨਾਂ ਚ ਲੇਟ ਛਪੇ ਤੇ ਬਲਕੇ ਹਰ ਹਫਤੇ ਦੋ ਤਿੰਨ ਆਉਂਦੇ ਰਹਿੰਦੇ ਐਸੇ ਗਵਰਨਮੈਂਟ ਚ ਵੀ ਐ ਨਹੀਂ ਹੈ ਕਿ ਉਹ ਮਨਾ ਕੀਤੇਗੇ ਕੋ ਮਨਾ ਕੱਲੀ ਗੱਲ ਇਸ਼ਤਿਹਾਰਾਂ ਦੀ ਇਸ ਕਰਕੇ ਨਹੀਂ ਲੱਗਦੀ ਫਿਰ ਤਾਂ ਉਹ ਉੱਥੇ ਵੀ ਖੜਾ ਹੁੰਦਾ ਕਿ ਮਨਾ ਕਰਤੇ ਪਹਿਲੇ ਤੋਂ ਹੀ ਮੈਂ ਐਡਵਟੋਰੀਅਲ ਨਹੀਂ ਛਪਣਾ ਕੋਈ ਵੀ ਅਖਬਾਰ ਕਰੇ ਟ੍ਰਿਬਿਊਨ ਨੇ ਇੱਕ ਹੱਦ ਤੱਕ ਰੋਕੀ ਰੱਖੇ ਨਹੀਂ ਛਾਪੇ ਫਿਰ ਇੱਕ ਹੱਦ ਤੋਂ ਬਾਅਦ ਐਡਵਟੋਰੀਅਲ ਉਦੋਂ ਬਾਅਦ ਜਦੋਂ ਬਾਕੀ ਸਾਰੇ ਅਖਬਾਰ ਲਾ ਕੇ ਇਹ ਵੀ ਲਾ ਗਏ ਇਹਨਾਂ ਵਿੱਚ ਵੀ ਇਹ ਛਪੇ ਨੇ ਹੁਣ ਉਹ ਜਿਹੜਾ ਇੱਕ ਪਹਿਲੂ ਇਸ਼ਤਿਹਾਰਾਂ ਦਾ ਜੇ ਤਾਂ ਇਕੱਲੀ ਪੱਥਰ ਘਰਤਾ ਦਾ ਮਾਮਲਾ ਹੋਵੇ ਇਕੱਲੇ ਇਸ਼ਤਿਹਾਰਾਂ ਦਾ ਮਾਮਲਾ ਹੋਵੇ ਫਿਰ ਹੋਰ ਤਰ੍ਹਾਂ ਦੀ ਲੜਾਈ ਹੁੰਦੀ ਹੈ ਇਹ ਉਦੋਂ ਹਟ ਕੇ ਇੱਕ ਗਵਰਨਮੈਂਟ ਫੋਕਸ ਉਤੇ ਕਰ ਰਹੀ ਹੈ ਕਿ ਇੱਕ ਗਵਰਨਮੈਂਟ ਦੇ ਪੈਸੇ ਨਾਲ ਬਣ ਆਲੀ ਇੱਕ ਮੈਮੋਰੀਅਲ ਉਹਤ ਮੈਮੋਰੀਅਲ ਤੇ ਖਰਚ ਹੋਇਆ ਕਿੰਨਾ ਹੋਇਆ ਨਹੀਂ ਹੋਇਆ ਕੋਈ ਉਹਨੂੰ ਵਾਕੀ ਕੋਈ ਟਾਲ ਵੀ ਦਿੰਦਾ ਤੇ ਇਹਨਾਂ ਨੇ ਪੰਗਾ ਲੈਣ ਦਾ ਫੈਸਲਾ ਕੀਤਾ ਹੋਇਆ ਕਾਰਨ ਕੀ ਹੈ ਔਰ ਜਿਹੜਾ ਜਿਵੇਂ ਹੁਣ ਸੰਜੇਪ ਸਿੰਘ ਜੀ ਗਏ ਦੇ ਪਰਸਨਲ ਚੀਫ ਮਿਨਿਸਟਰ ਦੇ ਖਰਾਬ ਕੀ ਕੋਈ ਪਰਸਨਲ ਲੈਵਲ ਦਾ ਕੋਈ ਪੰਗਾ ਦੋਨਾਂ ਦੇ ਆਪਸ ਦੇ ਵਿੱਚ ਫਿਰ ਤਾਂ ਨਿੱਜੀ ਬਣ ਜਾਂਦਾ ਨਾ ਇੱਕ ਚੀਫ ਮਿਨਿਸਟਰ ਤੇ ਐਡੀਟਰ ਦੇ ਦਰਮਿਆਨ ਪੰਗਾ ਉਹਦੇ ਹੋਰ ਤਰ੍ਹਾਂ ਦਾ ਹੁੰਦਾ ਮੇਰੇ ਖਿਆਲ ਨਾਲ ਔਰ ਜਦੋਂ ਬਾਈ ਨੇਮ ਇੱਕ ਦੂਜੇ ਦੇ ਖਿਲਾਫ ਐਸ ਟਾਈਪ ਦੀ ਗੱਲ ਜਾਂਦੀ ਹੈ ਤਾਂ ਮਾਮਲਾ ਕੰਪੈਰੀਟਿਬਲੀ ਕੁਝ ਹੋਰ ਜ਼ਿਆਦਾ ਤੱਥਾਂ ਦੀ ਮੰਗ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਅਗਲਾ ਇਹ ਦੇਖਦਾ ਫਿਰ ਜਦੋਂ ਜਦੋਂ ਆਪਾਂ ਇਹ ਕਹਿੰਦੇ ਰਹੇ ਅੱਜ ਤੱਕ ਜਿਹੜੇ ਪ੍ਰਾਈਮ ਮਿਨਿਸਟਰਾਂ ਤੱਕ ਚੀਫ ਮਿਨਿਸਟਰਾਂ ਤੱਕ ਪੋਲਿਟਿਕਸ ਚ ਸਰਕਾਰਾਂ ਚ ਦਖਲ ਰਿਹਾ ਤੇ ਉੱਥੇ ਤੱਕ ਜਾਣਾ ਨਾਰਮਲੀ ਹੱਥ ਨਹੀਂ ਪੈਂਦਾ ਬੰਦਾ ਨਾ ਬਹੁਤ ਚੀਜ਼ਾਂ ਤੇ ਕੰਪਰੋਮਾਈਜ਼ ਕਰਾਉਣ ਵਾਲੇ ਹੋਰ ਬਹੁਤ ਲੋਕ ਹੁੰਦੇ ਨੇ ਵਿੱਚ ਹੁਣ ਜਦੋਂ ਨਵੀਂ ਸਰਕਾਰ ਆਈ ਹੈ ਵਿਚ ਪੈਣ ਲਈ ਵੀ ਕਿਸੇ ਨੂੰ ਨਹੀਂ ਪਤਾ ਜਿਹੜਾ ਕੋਈ ਵਿਚ ਵਿਚੋਲਾ ਪਵੇ ਤੇ ਕੌਣ ਪਵੇ ਕਿਹਨੂੰ ਪਤਾ ਹੋਵੇ ਕਿ ਆਪਾਂ ਚ ਕੋਈ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੇ ਐਸਟੈਬਲਿਸ਼ ਤੇ ਵਰਤਾਰਾ ਹੁੰਦਾ ਪੁਰਾਣਾ ਉਥੇ ਇੱਕ ਦੂਜੇ ਦਾ ਪਤਾ ਹੁੰਦਾ ਕਿ ਇਹ ਵਿਚ ਪੈ ਕੇ ਪਹਿਲਾਂ ਕੈਪਟਨ ਬਰਿੰਦਰ ਸਿੰਘ ਨਾਲ ਵੀ ਇੱਕ ਵਾਰ ਪੰਗਾ ਪਿਆ ਸੀ ਬਰਜਿੰਦਰ ਸਿੰਘ ਉਹਨਾਂ ਨੇ ਅਸਤੀਫੇ ਦੀ ਗੱਲ ਕੀਤੀ ਸੀ ਉਹਦੇ ਤੋਂ ਔਰ ਦੇ ਵੀ ਦਿੱਤਾ ਸੀ ਅਸਤੀਫਾ ਉਸ ਤੋਂ ਬਾਅਦ ਪੈਚ ਅਪ ਹੋ ਗਿਆ ਸੀ ਉਹਨਾਂ ਨੇ ਕਿਹਾ ਤੁਸੀਂ ਚਲਾਓ ਜਿਵੇਂ ਵੀ ਹੈ ਉਹ ਕਹਿੰਦੇ ਸਰਕਾਰ ਪੈਸੇ ਨਹੀਂ ਦੇ ਰਹੀ ਉਹਨੂੰ ਪ੍ਰੋਪਰ ਇੱਕ ਅਗਲੇ ਪੜਾਅ ਦੇ ਵਿੱਚ ਜਿਸ ਟੱਕ ਨਾਲ ਕਰਨਾ ਤੇ ਸਰਕਾਰ ਨੇ ਪੈਸੇ ਵੀ ਦਿੱਤੇ ਤੇ ਬਾਬਰ ਰਾਬਤਾ ਚੱਲ ਵੀ ਪਿਆ ਸੀ ਫਿਰ ਉਹਨਾਂ ਨੂੰ ਕਿਹਾ ਗਿਆ ਸੀ ਬਕਾਇਦਾ ਕਿ ਤੁਸੀਂ ਕੰਟੀਨਿਊ ਕਰੋ ਇਹ ਸਾਰਾ ਬਾਬਲਾ ਤੇ ਹੁਣ ਆ ਕੇ ਮਤਲਬ ਜਿਹੜਾ ਰੌਲਾ ਇਹ ਪਿਆ ਤਾਂ ਇਹ ਕਦੋਂ ਸਾਹਮਣੇ ਆਏਗਾ ਮੈਨੂੰ ਲੱਗਦਾ ਇਹ ਸਾਹਮਣੇ ਆਏਗਾ ਅਦਾਲਤ ਦੇ ਵਿੱਚ ਜਿਹੜੀ ਗੱਲ ਹੁਣ ਅਦਾਲਤ ਚ ਚਲੀ ਗਈ ਹੁਣ ਅਦਾਲਤ ਦੇ ਵਿੱਚ ਸਰਕਾਰ ਆਪਣਾ ਜਵਾਬ ਦਾਬਾ ਫਾਇਲ ਕਰੇਗੀ ਕੋਈ ਨਾ ਕੋਈ ਔਰ ਉਹ ਜਿਹੜਾ ਜਵਾਬਦਾਦਾ ਜੇ ਫਾਈਲ ਕਰੇਗੀ ਜਾਇਦੇ ਤੇ ਜੋ ਬਹਿਸ ਹੋਏਗੀ ਜੋ ਐਡਵੋਕੇਟ ਜਨਰ ਲਗਾਏਗਾ ਉਹ ਦੱਸੂਗਾ ਨਾ ਕੁੱਝ ਕਿ ਆ ਰੀਜਨ ਨੇ ਫਿਰ ਉਤੇ ਕਾਊਂਟਰ ਸਵਾਲ ਹੋਣਗੇ ਕਿ ਕੀ ਇਹ ਰੀਜਨ ਕੋਈ ਵੜਦਾ ਕਿ ਨਹੀਂ ਵੜਦਾ ਤੇ ਜਿਹੜੀਆਂ ਲੋਕਾਂ ਨੂੰ ਅਜੇ ਤੱਕ ਲੱਗਦਾ ਇਹ ਲੜਾਈ ਕੀ ਹੈ ਪਤਾ ਨਹੀਂ ਲੱਗ ਰਿਹਾ ਜਾਂ ਬਾਕੀ ਹੈ ਇੱਕ ਤਾਂ ਲੜਾਈ ਸਿੱਧੀ ਹੋ ਲੜਾਈ ਇਹ ਹੈ ਕਿ ਇਹ ਚ ਗੱਲ ਚ ਡਰਾਮਾ ਨਹੀਂ ਹੈ ਕਿ ਚਾਹੇ ਕੇਂਦਰ ਦੀ ਸੱਤਾ ਹੋਵੇ ਚਾਹੇ ਪੰਜਾਬ ਦੀ ਸੱਤਾ ਹੋਵੇ ਉਹ ਕਿਸੇ ਵੀ ਵਿਰੋਧੀ ਨੂੰ ਨਾਰਮਲੀ ਜਰਦੀ ਨਹੀਂ ਹੈ ਕਿ ਉਹ ਆਪਣੀ ਗੱਲ ਕਰ ਸਕੇ ਉਸ ਤਰੀਕੇ ਦੇ ਨਾਲ ਜਾਂ ਉਹਦਾ ਵੈਲਕਮ ਕਰੇ ਘੱਟੋ ਘੱਟ ਕਿ ਕੋਈ ਗੱਲ ਨਹੀਂ ਡੈਮੋਕ੍ਰੇਸੀ ਚ ਹੁੰਦਾ ਹਰ ਇੱਕ ਦਾ ਫਰੀडम ਆਫ ਐਕਸਪ੍ਰੈਸ਼ਨ ਹੈ ਹਰ ਇੱਕ ਨੂੰ ਆਪਣਾ ਕੰਮ ਕਰਨ ਦਾ ਰਾਈਟ ਹੈ ਚਾਹੇ ਉਹ ਪੱਤਰਕਾਰ ਹੋਣ ਚਾਹੇ ਕੋਈ ਹੋਰ ਵਿਰੋਧੀ ਧਿਰਾਂ ਹੋਣ ਉਹਨਾਂ ਨੂੰ ਹੱਕ ਹੈ ਗੱਲ ਕਰਨ ਦਾ ਅਜੇ ਸਾਡਾ ਐਟੀਟਿਊਡ ਉਹਨਾਂ ਨਹੀਂ ਬਣਿਆ ਅਸੀਂ ਮਤਲਬ ਉਹਨੂੰ ਆਪਣੇ ਕੰਟਰੋਲ ਚ ਲੈਣਾ ਚਾਹੁੰਦੇ ਹਾਂ ਹਰ ਹਾਲਤ ਦੇ ਵਿੱਚ ਇਹ ਚ ਕੋਈ ਸ਼ੱਕ ਨਹੀਂ ਹੈ ਗਵਰਨਮੈਂਟ ਉਸ ਪਾਸੇ ਚੱਲ ਰਹੀ ਹੈ ਪਰ ਬਹਾਨਾ ਜੇਕਰ ਕੋਈ ਮਿਲਦਾ ਕਿਸੇ ਨਾ ਕਿਸੇ ਬਾਕੀ ਦੇ ਮਾਮਲੇ ਦੇ ਵਿੱਚ ਤਾਂ ਉਹ ਵੀ ਤਾਂ ਬਹਾਨਾ ਵੀ ਤਾਂ ਹੁੰਦਾ ਇੱਕ ਨਾ ਕਿ ਆ ਰੀਜਨ ਆ ਰੀਜਨ ਆ ਰੀਜਨ ਜੇ ਤਾਂ ਰੋਲ ਜਰਨਲਿਸਟਿਕ ਬਹਾਨਾ ਹੋਵੇ ਰੀਜਨ ਬਣਾ ਕੇ ਕੀਤਾ ਜਾਏ ਤਾਂ ਜਰਨਲਿਸਟਾਂ ਦੀ ਓਵਰAllResult ਮੀਟਿੰਗ ਪੂਰੇ ਜਰਨਲਿਸਟ ਕਿਉਂ ਇਨਵੋਲਵਲੀ ਹੋ ਰਹੇ ਡਿਫਰੈਂਟ ਅਖਬਾਰਾਂ ਦੇ ਡਿਫਰੈਂਟ ਪ੍ਰੈਸ ਐਡੀਟਰ ਜਸਰਦਾਰ ਵਰਜਿੰਦਰ ਸਿੰਘ ਹੀ ਬਾਕੀ ਪ੍ਰੈਸ ਨੂੰ ਹਾਕ ਮਾਰ ਕਿਉਂ ਵੀ ਮਾਰ ਰਹੇ ਕਿ ਤੁਸੀਂ ਆ ਕੇ ਜਾਂ ਕੋਈ ਉਹਨਾਂ ਦੇ ਨਮਾਇंदे ਜਾਂ ਉਸ ਲੈਵਲ ਤੇ ਗੱਲ ਕੀਤੀ ਜਾਣੀ ਚਾਹੀਦੀ ਹੈ ਬੈਠ ਕੇ ਜੇਕਰ ਉਸ ਲੈਵਲ ਦੀ ਗੱਲ ਹੋਵੇ ਪਰ ਇਹ ਇੱਕ ਕੰਟਰਡਿਕਸ਼ਨ ਜੋ ਉਸ ਨੇ ਆ ਜਿਹੜੀ ਜ ਡਿੰਜਰ ਸਾਹਿਬ ਵਾਲੀ ਗੱਲ ਹੈ ਔਰ ਪਾਰਟੀਆਂ ਦੇ ਵਿੱਚ ਅੰਦਰੂਨੀ ਜਬੂਰੀਅਤ ਵੈਸੇ ਹੀ ਖਤਮ ਹੋ ਚੱਲੀ ਹੈ ਤੇ ਇਸ ਪਾਰਟੀ 'ਚ ਵੈਸੇ ਉਨੀ ਵੀ ਨਹੀਂ ਹੈ ਕਿਉਂਕਿ ਇਹ ਤਾਂ ਬਾਰ-ਬਾਰ ਕੇਜਰੀਵਾਲ ਸਾਹਿਬ ਮੈਸੇਜ ਦੇ ਰਹੇ ਨੇ ਕਿ ਤੁਸੀਂ ਸਾਰੇ ਵਲੰਟੀਅਰ ਹੋ ਜਿਹਨੂੰ ਜਿਹੜੀ ਡਿਊਟੀ ਦਿੱਤੀ ਜਾਂਦੀ ਆ ਕਰੋ ਚੁੱਪ ਕਰਕੇ ਜਦੋਂ ਤੁਸੀਂ ਅਲੱਗ ਮਾਈਂਡ ਅਪਲਾਈ ਕਰਨ ਲੱਗ ਗਏ ਜਾਂ ਸੋਚਣ ਲੱਗ ਗਏ ਜਾਂ ਮੰਗ ਕਰਨ ਲੱਗ ਗਏ ਬਾਹਰ ਜਾਓ ਤੁਹਾਡੀ ਕੋਈ ਜਗ੍ਹਾ ਨਹੀਂ ਹੂੰ ਇਸ ਲਈ ਇਹ ਤਾਂ ਫੰਡਾ ਹੈ ਹੀ ਹੈ ਇਹ ਜੁਗਿੰਦਰ ਜਾਦਵ ਤੋਂ ਡਾਕਟਰ ਧਰਮਗੀਰ ਗਾਂਧੀ ਤੋਂ ਪ੍ਰਸ਼ਾਂਤ ਭੁਸ਼ਵ ਤੋਂ ਲੈ ਕੇ ਅੱਜ ਤੱਕ ਜਿਹੜੇ ਖੜੀ ਕਰਨ ਵਾਲੇ ਬੰਦੇ ਪਾਰਟੀ ਦੇ ਉਹਨਾਂ ਚੋਂ ਕੋਈ ਵੀ ਬੰਦਾ ਨਹੀਂ ਹੈ ਮੌਜੂਦ ਹੈ ਇਸ ਸਮੇਂ ਜਿਹੜਾ ਪਾਰਟੀ ਦੇ ਵਿੱਚ ਉਸ ਸਮੇਂ ਅਲੰਗ رائے ਰੱਖਦਾ ਹੋਇਆ ਵੀ ਰਹਿ ਗਿਆ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕਾਜੀਬ ਵਰਤਾਰਾ ਜ ਮੈਨੂੰ ਕਮਰ ਵਿਜੇ ਪ੍ਰਤਾਪ ਦਾ ਲੱਗਦਾ ਉਹ ਬਹਿਬਰ ਵੀ ਜਾ ਕੇ ਸਟੇਜ ਤੇ ਕਹਿ ਕੇ ਆਇਆ ਕੋਈ ਇਨਸਾਫ ਨਹੀਂ ਮਿਲਦਾ ਐ ਸਰਕਾਰ ਤੋਂ ਵੀ ਉਹ ਵਿਧਾਨ ਸਭਾ ਦੇ ਵਿੱਚ ਵੀ ਕਹਿੰਦਾ ਉਹ ਅੰਮ੍ਰਿਤਸਰ ਖੜ ਕੇ ਇਕੱਠ ਕਰਕੇ ਵੀ ਕਹਿੰਦਾ ਅਜੇ ਅਪਵਾਦ ਹੈ ਕਿ ਕਿ ਕੀ ਕਾਮਾਈ ਹੋਏ ਜੱਕ ਕਿ ਉਹਦਾ ਉਹਦਾ ਸਰਦਾਰ ਹਮੀਰ ਸਿੰਘ ਜੀ ਕਰ ਵੀ ਕੱਖ ਨਹੀਂ ਨਾ ਸਕਦੇ ਉਹ ਗ੍ਰਹਿ ਮੰਤਰੀ ਇਹ ਬਣਨਾ ਸੀ ਉਹ ਡੇਜ਼ਰਵ ਵੀ ਕਰਦੇ ਸੀ ਜਾਂ ਉਹ ਕੋਈ ਕਿਸੇ ਬਾਜ਼ਾਰਤ ਵਿੱਚ ਜਾਣਦੇ ਕਿਉਂਕਿ ਭਗਵੰਤ ਮਾਨ ਤੋਂ ਬਾਅਦ ਦੂਜਾ ਵੱਡਾ ਚਿਹਰਾ ਕੁਮਰਵੈਦ ਪ੍ਰਤਾਪ ਸਿੰਘ ਨੂੰ ਪਤਾ ਮੈਨੂੰ ਦੇਣਾ ਤੋਂ ਉਹ ਨਾ ਕੱਖ ਨਹੀਂ ਉਹ ਆਪਣੀ ਪੜਾਅਸ ਕੱਢ ਲੈਂਦੇ ਆ ਤੇ ਐਮ ਐਲ ਏ ਸ਼ਿਪ ਤੋਂ ਉਹਨਾਂ ਨੂੰ ਪਾਸੇ ਨਹੀਂ ਕਰ ਸਕਦੇ ਜੇ ਇਹ ਕਰਨਗੇ ਤੇ ਨਹੀਂ ਰਹਿਣਾ ਗਾਂਧੀ ਉਹ ਵੀ ਇਹੀ ਕਰਦੇ ਸੀ ਪਰ ਸਾਰੀ ਪਾਰਟੀ ਉਹਨਾਂ ਦੇ ਪਿੱਛੇ ਪੈਂਦੀ ਸੀ ਔਰ ਜਦੋਂ ਬਾਕੀ ਦੇ ਲੋਕ ਕਹਿੰਦੇ ਸੀ ਉਹਨਾਂ ਦੇ ਪਿੱਛੇ ਪੈਂਦੀ ਸੀ ਇੱਥੇ ਖਮੋਸ਼ੀ ਹੈ ਹੂੰ ਜਾਂ ਉਹਦੇ ਕੋਲ ਕੁਝ ਹੋਰ ਹੈ ਉਹਨਾਂ ਦੇ ਬੰਦੇ ਵੀ ਤੇ ਬਸ ਗੱਲ ਇਹ ਹੈ ਨਾ ਕਾਉਂਟਰ ਬਿਆਨਬਾਜ਼ੀ ਤਾਂ ਉਹ ਤੇ ਮਗਰ ਛੋਟੇ ਲੀਡਰ ਪਾਉਂਦੇ ਸੀ ਜਿਹੜੇ ਵੀ ਬਾਕੀ ਨੇ ਵੀ ਤੁਸੀਂ ਲਗੋ ਇਹਦੇ ਮਗਰ ਇਹਦਾ ਚੁੱਪ ਕਰਾਓ ਜੋ ਵੀ ਚੀਜ਼ਾਂ ਕਰਦੇ ਹੋ ਇੱਕ ਪੋਲਿਟੀਕਲ ਐਂਗਲ ਇਹ ਵੀ ਤਾਂ ਹੁੰਦਾ ਹੈ ਨਾ ਕਿਸੇ ਬੰਦੇ ਉੱਤੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਸ਼ਾਇਦ ਉਦੋਂ ਦਿੱਲੀ ਵਾਲੀ ਟੀਮ ਇੰਨੀ ਗਰਾਉਂਡ ਦੇ ਉੱਤੇ ਵਰਕੇਬਲ ਨਹੀਂ ਸੀ ਜਾਂ ਉਹ ਓਨੀ ਡਿਕਟੇਟ ਨਹੀਂ ਸੀ ਕਰ ਰਹੀ ਹੁਣ ਤੱਕ ਕਿਸੇ ਵਜ਼ੀਰ ਤੋਂ ਲੈ ਕੇ ਕਿਸੇ ਐਮਐਲਏ ਤੱਕ ਦੱਸਿਆ ਜਾਂਦਾ ਵੀ ਉਹਨੇ ਕੀ ਬੋਲਣਾ ਔਰ ਡਾਕਟਰ ਨੱਜਰ ਵਾਲੇ ਫੀਨੋਮੈਨਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਆਪਣੇ ਆਪ ਕੋਈ ਜ਼ੁਬਾਨ ਵੀ ਖੋਲ ਜੂਗਾ ਇੱਕ ਬਹੁਤ ਸੋਹਣੀ ਉਦਾਹਰਣ ਸੈੱਟ ਕਰਤੀ ਗਈ ਹੈ ਆਖਰੀ ਸਵਾਲ ਸਰਦਾਰ ਜਗਤਾਰ ਸਿੰਘ ਦੀ ਆਖਰੀ ਸਵਾਲ ਕਿ নো ਡਾਊਟ ਸਰਦਾਰ ਅਮੀਰ ਸਿੰਘ ਉਹ ਰਾਜ ਦੀ ਗੱਲ ਕੀਤੀ ਹੁਣ ਹਾਈ ਕੋਰਟ ਜਿਸ ਦਿਨ ਵੀ ਇਸ ਕੇਸ ਦੀ ਸੁਣਵਾਈ ਰੱਖੂਗੀ ਉਸ ਦਿਨ ਉੱਥੇ ਪੰਡੋਰਾ ਬਾਕਸ ਖੁੱਲੂਗਾ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਇਸ ਕੇਸ ਦੇ ਵਿੱਚ ਕਿਸ ਤਰੀਕੇ ਨਾਲ ਧਿਰ ਬਣਾਇਆ ਗਿਆ ਵਾ ਉਹ ਵਿਜੀਲੈਂਸ ਨੂੰ ਦੱਸਣਾ ਪਊਗਾ ਵਕੀਲ ਸਰਕਾਰ ਦੇ ਦੱਸਣਗੇ ਉਹਨਾਂ ਤੇ ਦੋਸ਼ ਕੀ ਨੇ ਉਹਨਾਂ ਦੀ ਜਾਂਚ ਕੀ ਕੀਤੀ ਜਾਣੀ ਆ ਉਹਦੀ ਸੀਰੀਅਸਨੈਸ ਕੀ ਆ ਔਰ ਸੀਬੀਏ ਦੀ بجائے ਵਿਜੀਲੈਂਸੀ ਕਿਉਂ ਕਰੇ ਪੰਜਾਬ ਸਰਕਾਰ ਉਹਨਾਂ ਤੋਂ ਕੀ ਕਢਣਾ ਚਾਹੁੰਦੀ ਆ ਉਹਨਾਂ ਦੇ ਅਖਤਿਆਰ ਕੀ ਸੀਗੇ ਉਹ ਸੈਨਿਕ ਅਥਾਰਟੀ ਸੀਗੇ ਕਿ ਨਹੀਂ ਔਰ ਟੈਂਡਰ ਪਾਸ ਕਰਨ ਵਾਲੀ ਅਥਾਰਟੀ ਸੀਗੇ ਕਿ ਨਹੀਂ ਉਹਨਾਂ ਨੇ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਉਹ ਤਾਂ ਵਿੱਚ ਉਹਨਾਂ ਦਾ ਰੋਲ ਕੀ ਸੀ ਇਹ ਸਾਰੀਆਂ ਗੱਲਾਂ ਜਦੋਂ ਆਉਣ ਗਈਆਂ ਤਾਂ ਫਿਰ ਇੱਕ ਡਰ ਹੋਰ ਵੀ ਬਣਿਆ ਰਹਿੰਦਾ ਜਿੱਦਾਂ ਅੱਜਕੱਲ੍ਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਆਉਂਦੇ ਆ ਜੇ ਕਿਸੇ ਨੇ ਸਰਕਾਰੀ ਫੰਡਸ ਨਾਲ ਜਾਂ ਸਰਕਾਰੀ ਫੰਡਸ ਨੂੰ ਵਰਤਿਆ ਹੈ ਉਹ ਠੀਕ ਜਾਂ ਗਲਤ ਵਰਤਿਆ ਉਹਦੇ ਕੋਲ ਉਹਦੇ ਸਾਈਨਾਂ ਨਾਲ ਉਹਦੇ ਦੌਰ ਦੇ ਵਿੱਚ ਉਹ ਪੈਸੇ ਵਰਤੇ ਗਏ ਨੇ ਤਾਂ ਉਹਨੂੰ ਕਿਸੇ ਪੱਧਰ ਤੇ ਉੱਤੇ ਵੀ ਤੁਸੀਂ ਜਾਂਚ ਦੇ ਵਿਸ਼ੇ ਚ ਲਿਆਉਨੇ ਹੋ ਤੇ ਨਾਲ ਹੀ ਉਹਦੇ ਸਰੋਤਾਂ ਦੀ ਜਾਂਚ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਰਾ ਖਿਆਲ ਇਹ ਗੋਲ ਗਲੁੰਡੀ ਬਹੁਤੀ ਭੈੜੀ ਪੈਣ ਵਾਲੀ ਆ ਜੇ ਇਦਾਂ ਗਲਤੁਰਪੀ ਇਹ ਲੜਾਈ ਇੰਨੀ ਤਿੱਖੀ ਵੀ ਹੋ ਸਕਦੀ ਆ ਕਿ ਇਹ ਲੜਾਈ ਜਿੱਦਾਂ ਹੁਣ ਵਿਰੋਧੀ ਧਿਰਾਂ ਔਰ ਸਰਕਾਰ ਚ ਫਸ ਗਈ ਆ ਇਹ ਪੂਰੀ ਪੋਲਿਟਿਕਸ ਦੇ ਵਿੱਚ ਹੀ ਤਬਦੀਲ ਹੋ ਜੇ ਔਰ ਇਹ ਕਿੰਨੀ ਵੱਡੀ ਹੋ ਸਕਦੀ ਹੈ ਇਹਦੇ ਉੱਤੇ ਮੈਂ ਆਖਰੀ ਟਿੱਪਣੀ ਟਰਡ ਚਾਹੁੰਦਾ ਗੱਲ ਇਹ ਕਿ ਨਾ ਲੜਾਈ ਹੈ ਜੰਗੇ ਆਜ਼ਾਦੀ ਮੈਮੋਰੀਅਲ ਦੇ ਫੰਡਾਂ ਦੀ ਨਹੀਂ ਹੈ ਹੂੰ ਉਹ ਤਾਂ ਇੱਕ ਜਰੀਆ ਲੜਾਈ ਦਾ ਹੈ ਉਹਦੇ ਪਿੱਛੇ ਸਿਆਸਤ ਤਾਂ ਦੂਸਰੀ ਹੈ ਅਖਬਾਰ ਦੀ ਸਿਆਸਤ ਹੈ ਬਾਕੀ ਜਨਰਲ ਸਿਆਸਤ ਹੈ ਉਹ ਆਪਣੇ ਬਰਜਿੰਦਰ ਸਿੰਘ ਹਮਦਰਦ ਨੂੰ ਟਾਰਗੇਟ ਕਿਵੇਂ ਕਰਨਾ ਹੈ ਵਾਇਆ ਜੱਗੇ ਆਦੀ ਮੈਮੋਰੀਅਲ ਕਿਉਂਕਿ ਇਹ ਉਹਦੇ ਕਰਤਾ ਧਰਤਾ ਸੀ ਡਿਜ਼ਾਈਨ ਵੀ ਇਹਨਾਂ ਨੇ ਕਰਵਾਇਆ ਐ ਐਗਜ਼ੀਕਿਊਟ ਵੀ ਇਹਨਾਂ ਨੇ ਕਰਾਇਆ ਹੁਣ ਜਿਹੜੇ ਫੰਡਸ ਹੁੰਦੇ ਆ ਟੈਕਨੀਕਲੀ ਮੈਨੂੰ ਪਤਾ ਨਹੀਂ ਕਿ ਇਹਨਾਂ ਦੇ ਦਸਖਤ ਉੱਥੇ ਕਿਤੇ ਹੋਏ ਆ ਜਾਂ ਨਹੀਂ ਜਾਂ ਨਹੀਂ ਹੋਏ ਬਿਲਕੁਲ ਹਾਂ ਹਾਂਜੀ ਉਹ ਵੱਖਰੀ ਗੱਲ ਹੈਗੀ ਹੈ ਫੰਡ ਸਰਕਾਰ ਰੀਲੀਜ਼ ਕਰਿਆ ਕਰਦੀ ਹੈ ਹਮੇਸ਼ਾ ਹੀ ਕਿਉਂਕਿ ਸਰਕਾਰ ਦੇ ਫੰਡ ਕਿਤੇ ਇਸ ਤਰ੍ਹਾਂ ਜਿਹੜੇ ਨਾ ਟ੍ਰਸਟ ਬਣਦਾ ਉਹਨਾਂ ਦੇ ਅਖਤਿਆਰੀ ਅਖਤਿਆਰ ਦੇ ਵਿੱਚ ਨਹੀਂ ਹੋਇਆ ਕਰਦੇ ਸਰਕਾਰ ਦਾ ਆਪਣਾ ਸਿਸਟਮ ਹੈ ਚਲੋ ਉਹਦਾ ਜਿਹੜੀ ਪ੍ਰੋਬ ਆਏਗੀ ਉਹਦੇ ਵਿੱਚ ਆਏਗੀ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਇਸ਼ੂ ਇਹਨਾਂ ਫੰਡਾਂ ਦਾ ਹੈ ਇਸ਼ੂ ਜਿਹੜੇ ਲੜਾਈ ਪਿੱਛੇ ਤਿੱਖੀ ਹੈਗੀ ਹੈ ਉਹ ਹੋਰ ਲੈਵਲ ਤੇ ਹੈ ਜਦ ਤੱਕ ਉਹ ਅੰਦਰੋਂ ਕੰਪਰਵਾਇਜ਼ ਨਹੀਂ ਹੁੰਦਾ ਇਹ ਇਸ਼ੂ ਸਾਰਟ ਆਊਟ ਨਹੀਂ ਹੁੰਦਾ ਉਹ ਨਾਰਮਲੀ ਕਿਸੇ ਲੈਵਲ ਤੇ ਆ ਕੇ ਅਵਦੇਸ਼ੂ ਸਾਰਟ ਆਊਟ ਹੋ ਜਾਂਦੇ ਆ ਇਹ ਪਹਿਲਾ ਇਤਿਹਾਸ ਹੀ ਕਹਿੰਦਾ ਜੀ ਇਹ ਪਹਿਲਾ ਇਤਿਹਾਸ ਹੈ ਲੇਕਿਨ ਇਹ ਇਤਿਹਾਸ ਥੋੜਾ ਜਿਹਾ ਮੈਨੂੰ ਅਲੱਗ ਇਸ ਕਰਕੇ ਲੱਗ ਰਿਹਾ ਕਿ ਜੇ ਲੜਾਈ ਛੋਟੇ ਪੱਧਰ ਦੀ ਹੁੰਦੀ ਜਲੰਧਰ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਸ਼ਾਇਦ ਗਵਰਨਮੈਂਟ ਜਾਂ ਸੱਤਾਧਾਰੀ ਇਹ ਸੋਚ ਕੇ ਚਲੇ ਜਾਂਦੇ ਕਿ ਜਲੰਧਰ ਦੇ ਵਿੱਚੋਂ ਅਜੀਤ ਨਾਲ ਪੰਗੇ ਦੌਰਾਨ ਉਹਨਾਂ ਕਵਤਾ ਵੀ ਲਿਖੀ ਸੀ ਉਹਨਾਂ ਦਿਨਾਂ ਦੇ ਵਿੱਚ ਜੇ ਇਹ ਇਲੈਕਸ਼ਨ ਕੱਢ ਕੇ ਲੈ ਆਉਂਦੇ ਜਿੱਤ ਕੇ ਆ ਜਾਂਦੇ ਤੇ ਕਈ ਵਾਰੀ ਬੰਦਾ ਕਹਿੰਦਾ ਛੱਡੋ ਯਾਰ ਹੁਣ ਆਪਾਂ ਕੀ ਲੈਣਾ ਪਰ ਜੇਕਰ ਭਗਵੰਤ ਮਾਨ ਕਿਉਂਕਿ ਕੇਜਰੀਵਾਲ ਜਾਂ ਦਿੱਲੀ ਵਾਲੇ ਕੁਝ ਕਰ ਰਹੇ ਹੁੰਦੇ ਉਹਨਾਂ ਨੂੰ ਅਜੀਤੀ ਅਹਿਮੀਅਤ ਬਰਜਿੰਦਰ ਸਿੰਘ ਹਮਦਰ ਦੇ ਇਤਿਹਾਸ ਬਾਰੇ ਨਾ ਪਤਾ ਹੁੰਦਾ ਤੇ ਫਿਰ ਕੱਲ ਹੋਰ ਸੀ ਕਿ ਉਹਨਾਂ ਨੂੰ ਨਹੀਂ ਪਤਾ ਕੋਈ ਦੱਸੂ ਫੇਰੀ ਭਗਵੰਤ ਮਾਨ ਇੱਥੇ ਜੰਮੇ ਪੜੇ ਨੇ ਪਿਛਲੇ 50 ਜਾਂ 30 ਸਾਲਾਂ ਤੋਂ ਇੱਥੋਂ ਦੀ ਸਿਆਸਤ ਵੇਖਦੇ ਆ ਰਹੇ ਉਹਨਾਂ ਨੂੰ ਵੀ ਪਤਾ ਕਿ ਸਿਆਸਤ ਕਿਵੇਂ ਪ੍ਰਵਾਹ ਚੜਦੀ ਕਿਵੇਂ ਅੱਗੇ ਜਾ ਕੇ ਡਾਇਰੈਕਸ਼ਨ ਲੈਂਦੀ ਆ ਦਿਸ਼ਾ ਲੈਂਦੀ ਆ ਸੋ ਉਹ ਜਿਹੜਾ ਇੱਕ ਸਿਆਪਾ ਉਹ ਨਿੱਜੀ ਲੱਗਦਾ ਮੈਂ ਫਿਰ ਉਸ ਗੱਲ ਤੇ ਫਸਿਆ ਆਖਰੀ ਸਿਰਫ ਟਿੱਪਣੀ ਕਿ ਇਹ ਨਿੱਜੀ ਲੱਗ ਰਿਹਾ ਵਾ ਔਰ ਨਿੱਜੀ ਕੀ ਹੋ ਸਕਦਾ ਵੇਖਣ ਵਾਲੀ ਗੱਲ ਹੈ। ਭਗਵਾਨਤ ਜਿਉ ਕੋ ਨਜ਼ਰ ਆਉਂਦਾ ਸਾਹਮਣੇ ਉਹ ਨਹੀਂ। ਉਹ ਡੀਪਰ ਪਰਸਨੈਲਿਟੀ ਹੈ ਮੇਰੇ ਖਿਆਲ ਦੇ ਵਿੱਚ ਮੈਂ ਗਲਤ ਹੋ ਸਕਦਾ ਹੈ। ਲੇਕਿਨ ਮੇਰੀ ਆਪਣੀ ਅੰਡਰਸਟੈਂਡਿੰਗ ਹੈ ਕਿ ਉਹਨੇ ਬਹੁਤ ਸੋਚ ਸਮਝ ਨਾਲ ਪਿੱਛੇ ਐਕਸ਼ਨ ਕੀਤੇ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਦੇ। ਜਿਹੜਾ ਵੀ ਕੰਡਾ ਰਸਤੇ 'ਚ ਆਇਆ ਉਹ ਕੰਡੇ ਦਾ ਮੁੜ ਕੇ ਪਤਾ ਹੀ ਨਹੀਂ ਲੱਗਿਆ ਕਿ ਕਿੱਧਰ ਗਿਆ ਉਹ ਪਿਛਲੇ 5-7 ਸਾਲ ਦਾ ਇਤਿਹਾਸ ਚੱਕ ਲੋ ਤੁਹਾਨੂੰ ਗੱਲ ਸਾਰੀ ਕਲੀਅਰ ਹੋ ਜਾਏਗੀ ਬੇਨਾਕੁਸ਼ ਕੀਤਾ ਲੱਗਦਾ ਹੈ ਕਿ ਭਗਵੰਤਬਾਨ ਤਾਂ ਇੱਕ ਕਾਮਿਕ ਸਟੇਟੋਂ ਆਏ ਹੋਏ ਹਨ ਲੇਕਿਨ ਮੇਰੇ ਖਿਆਲ ਦੇ ਵਿੱਚ ਗੱਲ ਉਨੀਕ ਨਹੀਂ ਹੈ ਸੋ ਨਿੱਜੀ ਨਿੱਜੀ ਗੱਲ ਕੀ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਰਦਰ ਹਮੇਸ਼ ਸਿੰਘ ਦੀ ਆਖਰੀ ਟਿੱਪਣੀ ਤੁਹਾਡੀ ਹੈ ਉਹ ਤਾਂ ਜਿੰਨਾ ਚਿਰ ਕੋਈ ਗੱਲ ਸਾਹਮਣੇ ਨਹੀਂ ਆਉਂਦੀ ਸ਼ਾਇਦ ਨੀਜੀ ਵੀ ਏਦੋਂ ਬਾਅਦ ਜਦੋਂ ਲੜਾਈ ਵੱਧਦੀ ਹੁੰਦੀ ਹੈ ਜਦੋਂ ਪ੍ਰੋਵੋਕੇਸ਼ਨ ਵੱਧਦੀ ਹੈ ਤਾਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਪਹਿਲਾਂ ਤਾਂ ਇੱਕ ਅੰਡਰਕਰੰਟ ਚੱਲਦੀਆਂ ਰਹਿੰਦੀਆਂ ਨੇ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਪਤਾ ਹੁੰਦਾ ਔਰ ਹਾਂ ਜਦੋਂ ਕੋਰਟ ਤੱਕ ਵੀ ਚਲੇਗੇ ਕਚਹਿਰੀਆਂ ਤੱਕ ਚਲੇਗੇ ਫਿਰ ਕਹਿੰਦੇ ਨੇ ਉਹ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਸਾਹਮਣੇ ਆਉਣਗੀਆਂ ਜੋ ਸਾਹਮਣੇ ਆਉਣਗੀਆਂ ਕੀ ਉਹ ਐਡੀਆਂ ਵਰਤਪਾਈਲ ਹੈਗੀਆਂ ਨੇ ਕਿ ਇੰਨੀ ਲੜਾਈ ਵੱਢੀ ਜਾਂਦੀ ਜਾਂ ਨਹੀਂ ਹੈਗੀਆਂ ਨੇ ਇਹ ਉਸ ਤੋਂ ਬਾਅਦ ਫੈਸਲਾ ਹੋਏਗਾ ਹਜੇ ਨਹੀਂ ਮੇਰੇ ਖਿਆਲ ਆ ਕੁਝ ਕਿਹਾ ਜਾ ਸਕਦਾ ਬਹੁਤ ਮਿਹਰਬਾਨ ਬਹੁਤ ਧੰਨਵਾਦ ਥੈਂਕ ਯੂ ਸ਼ੁਭ ਆਰਥ